HP Sync Chatterstore presents Travel Hotspot Explore BC. ਦਰਸ਼ਕਾਂ ਨੂੰ ਅਰਸ਼ਦੀਪ ਦੇ ਵੱਲੋਂ ਸਤਿ ਸ਼੍ਰੀ ਅਕਾਲ। ਟਰੈਵਲ ਹੌਟਸਪੌਟ ਐਕਸਪਲੋਰ ਬੀਸੀ ਦੇ ਸੈਗਮੈਂਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਐਤਵਾਰ ਹੈ ਤੇ ਤੁਸੀਂ ਆਪਣੇ ਲਿਵਿੰਗ ਰੂਮ ਦੇ ਵਿੱਚ ਬੈਠ ਕੇ ਡਿਨਰ ਕਰ ਰਹੇ ਹੋ, ਡਿਨਰ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤੇ ਅਸੀਂ ਅੱਜ ਤੁਹਾਨੂੰ ਲੈ ਕੇ ਜਾਂਦੇ ਹਾਂ ਇੱਕ ਨਵੀਂ ਥਾਂ ਦੇ ਉੱਤੇ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਕਰਨ ਸਿੰਘ ਚਾਵਲਾ। ਆਓ ਸਵਾਗਤ ਕਰਦੇ ਹਾਂ ਕਰਨ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ ਅਰਸ਼ੀ ਤੁਹਾਡਾ? ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ? ਇੱਕਦਮ ਚੜ੍ਹਦੀ ਕਲਾ 'ਚ। ਅੱਜ ਆਪਾਂ ਰੁਕ ਕੇ ਓਪਨਿੰਗ ਨਹੀਂ ਕੀਤੀ, ਪਰ ਅੱਜ ਮੈਂ ਡਰਾਈਵ ਕਰ ਰਿਹਾ ਨਾਲ ਕਿਉਂਕਿ ਅਸੀਂ ਲੇਟ ਆ ਲੋਕੇਸ਼ਨ ਲਈ। ਬਿਲਕੁਲ ਜੀ। ਸੋ ਅੱਜ ਆਪਾਂ ਕਿੱਧਰ ਨੂੰ ਜਾ ਰਹੇ ਹਾਂ? ਅੱਜ ਆਪਾਂ ਜਾ ਰਹੇ ਹਾਂ ਜੀ ਨਾਰਥ ਵੈਨਕੂਵਰ ਵਾਲੀ ਸਾਈਡ ਜਾ ਰਹੇ ਹਾਂ ਤੇ ਇਹ ਲੋਕੇਸ਼ਨ ਸਾਡੀ ਪੈਂਡਿੰਗ ਸੀਗੀ, ਵਨ ਆਫ ਦਾ ਆਪਾਂ ਪੁਰਾਣੇ ਆਪਣੇ ਐਪੀਸੋਡਸ 'ਚ ਜ਼ਿਕਰ ਵੀ ਕੀਤਾ ਇਹਦਾ। ਜੀ ਜੀ। ਤੇ ਇੱਥੇ ਆਪਾਂ ਕਹਿ ਸਕਦੇ ਹਾਂ ਆਪਾਂ ਜਾ ਰਹੇ ਹੈਗੇ ਕਲੀਵਲੈਂਡ ਡੈਮ। ਇਹ ਜਗ੍ਹਾ ਦਾ ਨਾਮ ਹੈ ਕਲੀਵਲੈਂਡ ਡੈਮ ਤੇ ਇਹਦੀ ਬੇਸਿਕ ਆਪਾਂ ਜੇ ਇੱਕ ਸਿੱਧੇ ਸਿੱਧੇ ਸ਼ਬਦਾਂ 'ਚ ਜੇ ਆਪਾਂ ਬਿਆਨ ਦੇਣਾ ਚਾਹੀਏ ਆਪਣਾ, ਇਹ ਹੈ ਕਿ ਸਾਰੇ ਸ਼ਹਿਰ ਦਾ ਪਾਣੀ ਇਧਰੋਂ ਆਉਂਦਾ। ਜੀ ਬਿਲਕੁਲ। ਸੋ ਜਿਹੜਾ ਟੈਪ ਵਾਟਰ ਅਸੀਂ ਪੀਂਦੇ ਹੈਗੇ ਆ ਉਹ ਸਾਰਾ ਪਾਣੀ, ਕਲੀਨ ਫਰੈਸ਼ ਵਾਟਰ ਜਿਹੜਾ ਉਹ ਇਸੇ ਡੈਮ ਦੇ ਥਰੂ ਆਉਂਦਾ। ਸੋ ਅੱਜ ਡੈਮ ਨੂੰ ਵਿਜ਼ਿਟ ਕਰਨਾ ਹੈ, ਕਲੀਵਲੈਂਡ ਡੈਮ ਨੂੰ ਜੋ ਕਿ ਨਾਰਥ ਵੈਨਕੂਵਰ ਦੇ ਵਿੱਚ ਹੈ। ਸੋ ਡਰਾਈਵ ਕਰ ਰਹੇ ਹਾਂ ਅਸੀਂ ਨਾਰਥ ਵੈਨਕੂਵਰ ਦੇ ਵੱਲ। ਸੋ ਕਰਨ, ਸਾਡੇ ਵਿਊਅਰਸ ਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਕਿਸਨੇ ਸਪਾਂਸਰ ਕੀਤਾ? ਜੀ, ਇਸ ਸ਼ੋਅ ਦੇ ਸਪਾਂਸਰ ਹੈਗੇ ਜੀ ਐਚਪੀ ਸਿੰਘ ਚਾਟਰ ਸਟੋਰ। ਉਹਨਾਂ ਦੀ ਦੋ ਲੋਕੇਸ਼ਨਸ ਹੈਗੀਆਂ, ਇੱਕ ਜੀ ਫਾਇਲ ਬਿਜ਼ਨਸ ਤੇ ਤੇ ਦੂਜੀ ਸਪੌਟ ਰੋਡ ਤੇ। ਜੀ ਤੇ ਜੀ ਅਰਸ਼ੀ ਕੀ ਡੀਲਸ ਦੇ ਰਹੇ ਆਪਣੇ ਸਾਂਝਾ ਟੀਵੀ ਦੇ ਲਈ? ਜੀ ਬਿਲਕੁਲ, ਜੇ ਤੁਸੀਂ ਕਹੋ ਕਿ ਅਸੀਂ ਟਰੈਵਲ ਹੌਟਸਪੌਟ ਜਾਂ ਫਿਰ ਸਾਂਝਾ ਟੀਵੀ ਦੇਖ ਕੇ ਆਏ ਹੈਗੇ ਆ, ਨੰਬਰ ਲੈਣ ਆਏ ਆ, ਤਾਂ ਤੁਹਾਨੂੰ ਸਪੈਸ਼ਲ ਡੀਲਸ ਮਿਲਣਗੀਆਂ। ਇੱਕ ਮਹੀਨੇ ਦੇ ਪੇ ਕਰਨ ਦੇ ਉੱਤੇ ਤੁਹਾਨੂੰ ਦੂਜਾ ਮਹੀਨਾ ਫ੍ਰੀ ਮਿਲੇਗਾ। 2 ਮਹੀਨਿਆਂ ਦਾ ਜੇ ਤੁਸੀਂ ਡੇਟਾ ਲੈਂਦੇ ਆ, ਨੰਬਰ ਲੈਂਦੇ ਆ, ਤਾਂ 2 ਮਹੀਨੇ ਅਗਲੇ ਤੁਹਾਨੂੰ ਫ੍ਰੀ ਮਿਲਣਗੇ। ਸੋ ਇਹ ਡੀਲਸ ਤੁਹਾਨੂੰ ਮਿਲ ਸਕਦੀਆਂ ਨੇ ਜੇ ਤੁਸੀਂ ਸਾਂਝਾ ਟੀਵੀ ਜਾਂ ਟਰੈਵਲ ਹੌਟਸਪੌਟ ਐਕਸਪਲੋਰ ਬੀਸੀ ਦਾ ਨਾਮ ਲੈ ਕੇ ਕਹਿੰਦੇ ਆ ਕਿਸੇ ਸ਼ੋਅ ਦੇਖ ਕੇ ਆਏ ਹੈਗੇ ਆ। ਸੋ ਬਿਲਕੁਲ ਜੀ, ਅੱਜ ਅਸੀਂ ਜਾ ਰਹੇ ਹੈਗੇ ਆ ਨਾਰਥ ਵੈਨਕੂਵਰ ਕਲੀਵਲੈਂਡ ਡੈਮ। ਕਰੋ ਇੰਜੋਏ ਤੁਸੀਂ ਰਾਹ ਨੂੰ ਤੇ ਮਿਲਦੇ ਆ ਤੁਹਾਨੂੰ ਡੈਮ ਤੇ ਜਾ ਕੇ। ਹੌਟਸਪੌਟ ਐਕਸਪਲੋਰ ਬੀਸੀ ਦੇ ਪਹੁੰਚ ਚੁੱਕੇ ਹਾਂ ਨਾਰਥ ਵੈਨਕੂਵਰ। ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਕਲੀਵਲੈਂਡ ਡੈਮ ਦੇ ਉੱਤੇ ਪਹੁੰਚੇ ਹਾਂ, ਜਿੱਥੋਂ ਲੋਅਰ ਮੇਨਲੈਂਡ ਨੂੰ ਕਲੀਨ ਵਾਟਰ, ਡਰਿੰਕੇਬਲ ਵਾਟਰ ਜਿਹੜਾ ਉਹ ਜਾਂਦਾ। ਸੋ ਅੱਜ ਡੈਮ ਦੇ ਉੱਤੇ ਪਹੁੰਚ ਚੁੱਕੇ ਹਾਂ ਅਤੇ ਇੱਧਰ ਜੇ ਮੇਰੇ ਤੁਸੀਂ ਮੇਰੇ ਖੱਬੇ ਸਾਈਡ ਦੇ ਉੱਤੇ ਦੇਖੋਗੇ ਤਾਂ ਇੱਥੇ ਤੁਹਾਨੂੰ ਪੂਰਾ ਕੈਪੀਲੈਨੋ ਰਿਵਰ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ। ਸੋ ਇਹ ਕੈਪੀਲੈਨੋ ਰਿਵਰ ਦੇ ਉੱਤੇ ਕਲੀਵਲੈਂਡ ਡੈਮ ਜਿਹੜਾ ਉਹ ਬਣਿਆ ਹੋਇਆ। ਸੋ ਨੈਟਸ ਲੱਗੀਆਂ ਹੋਈਆਂ ਨੇ, ਪੂਰਾ ਪ੍ਰੋਪਰ ਇਹਦੇ ਕਲੀਨਲੀਨੈਸ ਦਾ, ਸਫਾਈ ਦਾ ਧਿਆਨ ਰੱਖਿਆ ਹੋਇਆ। ਸੋ ਇੱਧਰ ਨੂੰ ਜਦੋਂ ਤੁਸੀਂ ਇੱਥੇ ਖੜ੍ਹਦੇ ਹਾਂ ਤਾਂ ਇਸ ਤੋਂ ਦੂਜੇ ਪਾਸੇ ਜਿਹੜਾ ਉਹ ਡੈਮ ਦਿਖਦਾ ਆ। ਸੋ ਡੈਮ ਅੱਜ ਘੱਟ ਚੱਲ ਰਿਹਾ ਹੈਗਾ, ਪਰ ਜਦੋਂ ਬਹੁਤ ਜ਼ਿਆਦਾ ਚੱਲ ਰਿਹਾ ਹੁੰਦਾ ਉਦੋਂ ਤਾਂ ਇੱਕ ਵੱਖਰਾ ਹੀ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ। ਪਰ ਤੁਸੀਂ ਜਿਹੜਾ ਸੱਜੇ ਪਾਸੇ ਮੇਰੇ ਜਦੋਂ ਜਾਓਗੇ ਤੁਸੀਂ ਡੈਮ ਨੂੰ ਦੇਖੋਗੇ ਤਾਂ ਗ੍ਰੀਨ ਫਰੈਸ਼ ਵਾਟਰ ਜਿਹੜਾ ਉਹ ਤੁਹਾਨੂੰ ਦਿਖੇਗਾ। ਸੋ ਕਰਨ, ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਡੈਮ ਬਣਿਆ ਹੋਇਆ ਤੇ ਡੈਮ ਬਣਨ ਨੂੰ ਵੀ ਕਾਫੀ ਸਾਲ ਲੱਗ ਗਏ। 1951 ਦੇ ਵਿੱਚ ਸ਼ੁਰੂ ਹੋਈ ਸੀ ਇਹਦੀ ਬਿਲਡਿੰਗ ਕਰਨੀ, ਇਹਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਫਿਰ 1954 ਦੇ ਵਿੱਚ ਇਹਨੂੰ ਕੰਪਲੀਟ ਕੀਤਾ ਗਿਆ। ਸੋ ਤਿੰਨ ਚਾਰ ਸਾਲਾਂ ਲੱਗ ਗਏ ਇਹਨੂੰ ਬਣਾਉਣ ਦੇ ਵਿੱਚ, ਪਰ ਇਹ ਡੈਮ ਜਿਹੜਾ 1954 ਤੋਂ ਚੱਲਣਾ ਜਿਹੜਾ ਸ਼ੁਰੂ ਹੋਇਆ।
ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਬਹੁਤ ਹੀ ਘੱਟ ਹੈ ਇਸ ਟਾਈਮ ਦੇ ਉੱਤੇ। ਜੀ ਜੀ ਜੀ। ਪਰ ਉਧਰ ਦੂਜੇ ਪਾਸੇ ਜੋ ਤੁਸੀਂ ਦੇਖਦੇ ਆ ਤੇ ਪੂਰਾ ਕਲੀਨ ਫਰੈਸ਼ ਵਾਟਰ ਤੁਹਾਨੂੰ ਦਿਖਦਾ, ਬਿਲਕੁਲ ਹੀ ਟ੍ਰਾਂਸਪੇਰੈਂਟ ਦੇਖ ਸਕਦੇ ਹੁਣ ਆਪਣੇ ਉਹ ਜਿੱਥੇ। ਪਰ ਵੈਸੇ ਅਸੀਂ ਦੇਖਿਆ ਜੀ ਕਿ ਹੁਣ ਇਸ ਟਾਈਮ ਤਾਂ ਪਾਣੀ ਦਾ ਵਹਾਅ ਇੰਨਾ ਕੁ ਘੱਟ ਹੈ ਕਿ ਜਿਸ ਵੇ ਚ ਆਪਾਂ ਜਿੱਥੇ ਹੁਣ ਦੇਖੋ ਤੁਸੀਂ ਗ੍ਰਿਲ ਦੇ ਪਿੱਛੇ ਖੜੇ ਹੋ, ਇੱਥੇ ਤੱਕ ਵੀ ਤੁਹਾਨੂੰ ਉਹ ਫੀਲ ਹੁੰਦੀ ਹੈ। ਹਾਂ, ਉਹ ਸਪਲੈਸ਼ਿਸ ਫੀਲ ਹੁੰਦੀ ਹੈ। ਪਰ ਰਹੀ ਗੱਲ ਜੇ ਆਪਾਂ ਸਪਲੈਸ਼ਿਸ ਦੀ ਫੀਲ ਕਰੀਏ, ਚਾਹੇ ਉਹ ਇੱਥੇ ਖੜੇ ਹੋ ਚਾਹੇ ਉਹ ਤੁਸੀਂ ਜੇ ਏਰੀਆ ਇੱਧਰ ਆਓ ਉਹ ਦੱਸੋ ਸਾਹਮਣੇ ਵਾਲਾ ਏਰੀਆ ਕਿ ਤੁਸੀਂ ਉੱਥੇ ਵੀ ਜਾ ਕੇ ਇੱਕ ਬੜਾ ਸੋਹਣਾ ਵਿਊ ਲੈ ਸਕਦੇ ਹੋ ਡੈਮ ਦਾ ਪੂਰਾ। ਬਿਲਕੁਲ ਜੀ। ਸੋ ਉੱਧਰ ਜਦੋਂ ਤੁਸੀਂ ਸਾਈਡ ਤੇ ਸਟੇਅਰਸ ਹੈਗੀਆਂ ਨੇ ਤੁਹਾਨੂੰ ਉਹ ਸਾਈਡ ਵੀ ਐਕਸਪਲੋਰ ਛੋਟੀ ਜੀ ਮਤਲਬ ਟ੍ਰੇਲ ਟਾਈਪ ਕਰਾਂਗੇ। ਟ੍ਰੇਲ ਟਾਈਪ ਤੁਸੀਂ ਥੱਲੇ ਆ ਕੇ ਤੇ ਸਾਹਮਣੇ ਤੁਸੀਂ ਦੇਖ ਲਓ ਗ੍ਰਿਲਸ ਲੱਗੀਆਂ ਹੋਈਆਂ ਨੇ ਤਾਂ ਉਹ ਗ੍ਰਿਲਸ ਕੋਲ ਖੜ ਕੇ ਤੁਸੀਂ ਜਿਹੜਾ ਦੇਖ ਸਕਦੇ ਆ। ਹਾਂਜੀ, ਤੇ ਇਹ ਉਹ ਹੀ ਇੱਕ ਰਿਸਟ੍ਰਿਕਟਿਡ ਏਰੀਆ ਨਹੀਂ ਹੈ, ਜਾ ਸਕਦੇ ਹੋ ਉੱਥੇ ਜਾਇਆ ਜਾ ਸਕਦਾ ਤੇ ਨਾਲ ਨਾਲ ਉਹ ਐਂਡ ਪੁਆਇੰਟ ਹੈ ਨਾ ਜਿਹੜਾ ਉੱਥੇ ਵੀ ਜਾਇਆ ਜਾ ਸਕਦਾ। ਕਰਨ ਨੇ ਮੈਨੂੰ ਹੁਣੇ ਦੱਸਿਆ ਕਿ ਜਦੋਂ ਹਾਈਕ ਕਰਕੇ ਆਉਂਦੇ ਆ ਤਾਂ ਪਿੱਛੇ ਤੁਹਾਨੂੰ ਬਹੁਤ ਪਿੱਛੇ ਇੱਕ ਏਰੀਆ ਜਿਹੜਾ ਨਜ਼ਰ ਆਉਂਦਾ ਤੇ ਉਸ ਏਰੀਏ ਤੋਂ ਖੜ ਕੇ ਬਿਲਕੁਲ ਸਾਹਮਣੇ ਤੁਸੀਂ ਵਿਊ ਦੇਖ ਸਕਦੇ ਹੋ। ਹੋ ਰਿਹਾ ਛੋਟਾ ਜਿਹਾ ਜਿਹੜਾ ਹਾਈਕ ਹੈ ਨਾ। ਜੀ ਜੀ। ਤੇ ਇਸ ਕਰਕੇ ਤੇ ਹੁਣ ਜੇ ਆਪਾਂ ਜੇ ਹਾਈਕ ਕਰਦੇ ਆ ਤੇ ਵੈਸੇ ਇੱਥੇ ਕਾਫੀ ਟਾਈਪ ਦੀ ਹਾਈਕਸ ਹੈਗੀਆਂ ਜੀ ਅਸੀਂ ਜੇ ਆਪਾਂ ਆਪਣੇ ਇਸ ਸਾਈਡ ਦੇਖੇ ਜਿੱਥੇ ਉਹ ਬੰਦੇ ਜਾ ਰਹੇ ਹੈਗੇ। ਜੀ ਜੀ ਬਿਲਕੁਲ। ਤੇ ਆਪਾਂ ਥੋੜਾ ਜਿਹਾ ਅੱਗੇ ਵੈਸੇ ਜਾ ਕੇ ਦਿਖਾ ਸਕਦੇ ਹੈਗੇ ਲੋਕਾਂ ਨੂੰ। ਜੀ। ਤੇ ਇੱਥੇ ਤਿੰਨ ਟਾਈਪਸ ਦੀ ਉਹੀ ਜਿਵੇਂ ਡਿਫਰੈਂਟ ਡਿਫਰੈਂਟ ਟਾਈਪਸ ਦੀ ਟ੍ਰੇਲਸ ਦਿਖਾਈ ਗਈ ਆ ਤੇ ਮੈਂ ਇੱਕ ਵਾਰ ਕੀਤੀ ਸੀਗੀ ਇੱਥੇ ਆਪਣੇ ਫਰੈਂਡਸ ਨਾਲ ਆਇਆ ਸੀਗਾ। ਤੇ ਉਹ ਟ੍ਰੇਲਸ ਤੇ ਵੈਸੇ ਕੁਝ ਖਾਸ ਇਹ ਤਾਂ ਹੈ ਨਹੀਂ ਕਿ ਇੱਥੇ ਵੀ ਕਈ ਲੋਕਾਂ ਨੇ ਸਪੌਟ ਬਣਾਏ ਆ, ਕਈ ਲੋਕ ਉੱਥੇ ਚੇਅਰ ਲਾ ਕੇ ਬਹਿ ਜਾਂਦੇ ਅੱਗੇ ਜਾ ਕੇ, ਬਟ ਮੋਸਟਲੀ ਤਾਂ ਦੇਖੋ ਜੰਗਲ ਹੀ ਹੈ ਜੇ ਤੁਸੀਂ ਬਿਊਟੀ ਨੂੰ ਇੱਕਦਮ ਇੰਜੋਏ ਕਰਨਾ ਤੇ ਆਪਣੇ। ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਐਪਰੀਸ਼ੀਏਟ ਕਰਦੀ ਆ ਕਿ ਇੱਕ ਡੈਮ ਹੈ, ਅਸੀਂ ਬਹੁਤ ਡੈਮ ਦਾ ਨਾਮ ਸੁਣਿਆ ਹਨਾ, ਬੰਨ ਦਰਿਆ ਬਹੁਤ ਸੁਣੇ ਹੈਗੇ ਨੇ, ਪਰ ਉੱਥੇ ਕੋਈ ਜਾਂਦਾ ਬਹੁਤ ਘੱਟ ਰੇਅਰ ਦੇਖਿਆ ਕਿ ਉੱਥੇ ਜਾ ਕੇ ਉੱਥੇ ਟੂਰਿਸਟ ਪਲੇਸ ਹੀ ਬਣਾ ਦਿੱਤੀ ਹੈ, ਇੱਕ ਪਾਰਕ ਬਣਾ ਦਿੱਤਾ ਸਾਈਡ ਦੇ ਉੱਤੇ। ਹਾਂਜੀ ਹਾਂ, ਆਪਾਂ ਉੱਥੇ ਵੀ ਜਾ ਕੇ ਦਿਖਾਂਗੇ। ਹਾਈਕ ਜਿਹੜੀ ਆ ਉਹ ਬਣਾ ਦਿੱਤੀ ਹੈ, ਵਿਚਾਲੇ ਡੈਮ ਹੈ ਤੇ ਡੈਮ ਨੂੰ ਖੂਬਸੂਰਤ ਤਰੀਕੇ ਦੇ ਨਾਲ ਬਣਾਇਆ ਕਿ ਲੋਕ ਇੱਥੇ ਆ ਕੇ ਇਹਦੇ ਵਿਊ ਨੂੰ ਇੰਜੋਏ ਕਰ ਸਕਦੇ ਆ। ਹੁਣ ਤੁਸੀਂ ਦੇਖੋ ਕਿ ਕਲੀਵਲੈਂਡ ਡੈਮ ਇਹਦਾ ਨਾਮ ਕਿਉਂ ਰੱਖਿਆ ਗਿਆ, ਤਾਂ ਇਹਦਾ ਇੱਕ ਇੰਜੀਨੀਅਰ ਦੇ ਨਾਮ ਦੇ ਪਿੱਛੇ ਜਿਹੜਾ ਉਹ ਰੱਖਿਆ ਗਿਆ। ਕਲੀਵਲੈਂਡ ਉਹਦਾ ਲਾਸਟ ਨੇਮ ਸੀਗਾ, ਸੋ ਉਸ ਨਾਮ ਦੇ ਉੱਤੇ ਜਿਹੜਾ ਇਸ ਦਾ ਨਾਮ ਡੈਮ ਦਾ ਨਾਮ ਜਿਹੜਾ ਉਹ ਰੱਖਿਆ ਗਿਆ। ਸੋ ਤੁਸੀਂ ਦੇਖੋ ਕਿ ਟਾਈਮ ਟੂ ਟਾਈਮ ਇਹ ਅਪਗ੍ਰੇਡ ਕਰਦੇ ਰਹਿੰਦੇ ਆ, ਟਾਈਮ ਟੂ ਟਾਈਮ ਇੱਥੇ ਜਿਹੜਾ ਆ ਕੰਸਟਰਕਟ ਕਰਦੇ ਰਹਿੰਦੇ ਆ, ਟਾਈਮ ਟੂ ਟਾਈਮ ਦੇਖਦੇ ਰਹਿੰਦੇ ਆ ਕਿ ਵਾਟਰ ਦੀ ਪਿਓਰਿਟੀ ਕੀ ਹੈ, ਵਾਟਰ ਕਿਵੇਂ ਜਿਹੜਾ ਲੋਕਾਂ ਤੱਕ ਪਹੁੰਚਾਉਣਾ, ਕਿੰਨਾ ਕੁ ਹੋਰ ਜਿਹੜੀ ਆ ਇਹਦੀ ਵੈਲਿਊ ਵਧਾਉਣੀ ਆ। ਸੋ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਅਪਗ੍ਰੇਡ ਹੈਗੇ ਨੇ ਉਹ ਜਨਵਰੀ 2023 ਤੋਂ ਅਪ੍ਰੈਲ 2023 ਤੱਕ ਆਲਰੇਡੀ ਕਰ ਦਿੱਤੇ ਗਏ ਆ। ਸੋ ਈਅਰਲੀ ਇਹ ਜਿਹੜਾ ਅਪਗ੍ਰੇਡ ਇੱਥੇ ਹੁੰਦਾ ਰਹਿੰਦਾ, ਸੋ ਦੱਸਦੇ ਰਹਿੰਦੇ ਆ ਕਿ ਇੱਥੇ ਕੀ ਕੁਝ ਹੋ ਰਿਹਾ ਹੈ। ਰਿਵਰ ਦੀ ਜਿਹੜੀ ਮੇਨਟੇਨੈਂਸ ਦੇਖੀਗੇ ਤੁਸੀਂ ਹੁਣ, ਜੇ ਆ ਦੇਖੋ ਜੀ ਇੱਥੇ ਵਰਕ ਏਰੀਆ ਦੱਸਿਆ ਤੇ ਇੱਕ ਸਟੋਰੇਜ ਏਰੀਆ, ਹੁਣ ਜੇ ਆਪਾਂ ਉਹ ਦੇਖੀਏ ਜੋ ਇਹਨਾਂ ਦਾ ਮੈਪ ਹੈ ਮੈਨੂੰ ਲੱਗਦਾ ਉਹ ਟੌਪ ਤੇ ਜਾ ਕੇ ਬਿਲਕੁਲ, ਤੇ ਜੋ ਕਿ ਆਬਵੀਅਸਲੀ ਰਿਸਟ੍ਰਿਕਟਿਡ ਹੈ ਆਪਣੇ ਕਾਮਨ ਪੀਪਲ ਨਹੀਂ ਜਿਹੜੇ ਇੱਥੇ ਕੰਮ ਕਰਦੇ ਆ ਉਹ ਵੀ ਜਾ ਸਕਦੇ ਆ। ਸੋ ਉਹਨਾਂ ਨੇ ਗੇਟ ਦੱਸਿਆ, ਡੈਮ ਦਾ ਰੋਡ ਦੱਸਿਆ ਕਿਹੜਾ ਗੈਮ ਹੈ, ਗੇਟ ਨੋ ਪਬਲਿਕ ਐਕਸੈਸ, ਸੋ ਜਿਹੜਾ ਆਹਰ ਗੇਟ ਹੈ ਇੱਥੇ ਪਬਲਿਕ ਐਕਸੈਸ ਨਹੀਂ ਹੈਗੀਆਂ ਨੇ, ਸੋ ਵਾਟਰ ਸਪਲਾਈ ਏਰੀਆ ਇੱਥੇ ਵੀ ਐਂਟਰੀ ਨਹੀਂ ਹੈਗੀ। ਸੋ ਜਿੱਥੇ ਜਿੱਥੇ ਐਂਟਰੀ ਹੈ ਦੱਸਿਆ ਗਿਆ ਕਿ ਭਾਈ ਜੇ ਤੁਸੀਂ ਆ ਰਹੇ ਹੋ, ਕਿਉਂਕਿ ਹਰ ਵੇਲੇ ਗਾਰਡ ਮੌਜੂਦ ਨਹੀਂ ਹੁੰਦੇ, ਸੋ ਜੇ ਤੁਸੀਂ ਆ ਰਹੇ ਹਾਂ ਖੁਦ ਬ ਖੁਦ, ਇਹ ਨਹੀਂ ਕਿ ਰਿਸਟ੍ਰਿਕਟਿਡ ਏਰੀਆ ਦੱਸਿਆ ਸੀ ਉੱਥੇ ਹੀ ਜਾਣਾ, ਸਾਨੂੰ ਜਿੱਥੇ ਰੋਕਿਆ ਜਾਵੇ ਨਾ ਅਸੀਂ ਕਹਿੰਦੇ ਉੱਥੇ ਜਾਂਦੇ ਹਾਂ। ਸੋ ਜਿੱਥੇ ਜਿੱਥੇ ਰਿਸਟ੍ਰਿਕਟਿਡ ਏਰੀਆ ਉੱਥੇ ਉੱਥੇ ਤੁਸੀਂ ਨਾ ਜਾਓ, ਉਸ ਚੀਜ਼ ਨੂੰ ਅਵੋਇਡ ਕਰੋ, ਕਿਉਂਕਿ ਬਹੁਤ ਸਾਰੇ ਲੋਕ ਹਾਈਕ ਪਸੰਦ ਕਰਦੇ ਆ, ਕਿਉਂਕਿ ਇਹ ਟਾਈਮ ਸਮਰ ਟਾਈਮ ਅਜਿਹਾ ਟਾਈਮ ਆ ਕਿ ਲੋਕ ਬਾਹਰ ਨਿਕਲਦੇ ਆ, ਹਾਈਕ ਤੇ ਜਾਂਦੇ ਆ, ਵਾਕ ਕਰਨ ਜਾਂਦੇ ਆ, ਜਿਹੜੇ ਨੇੜੇ ਤੇੜੇ ਦੇ ਲੋਕ ਆ ਉਹ ਤਾਂ ਆਉਂਦੇ ਹੀ ਰਹਿੰਦੇ ਆ, ਪਰ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਹਾਈਕ ਕਰਨੀ ਪਸੰਦ ਕਰਦੇ ਆ, ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਆ ਕਿ ਪੂਰੀ ਇਨਫੋਰਮੇਸ਼ਨ ਦਿੱਤੀ ਹੋਈ ਆ ਕਿ ਡੌਗ ਫਰੈਂਡਲੀ ਹੈਗਾ, ਤੁਸੀਂ ਲੀਸ਼ ਦੇ ਨਾਲ ਡੌਗ ਨੂੰ ਲੈ ਕੇ ਆ ਸਕਦੇ ਆ, ਸਾਈਕਲ ਤੁਸੀਂ ਇੱਥੇ ਨਹੀਂ ਚਲਾ ਸਕਦੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉਹ ਸਾਈਕਲਿੰਗ ਕਰਨ ਦੇ ਲਈ ਵੀ ਆਉਂਦੇ ਆ, ਸੋ ਸਾਈਕਲ ਇੱਥੇ ਤੁਸੀਂ ਨਹੀਂ ਚਲਾ ਸਕਦੇ, ਬਾਕੀ ਤੁਸੀਂ ਹਾਈਕ ਕਰ ਸਕਦੇ ਆ, ਵਾਕ ਕਰ ਸਕਦੇ ਆ, ਐਂਡ ਟ੍ਰੇਲਸ ਅਲੱਗ ਅਲੱਗ ਸਾਈਡ ਤੋਂ ਜਾਂਦੇ। ਤੇ ਅਰਜੀ ਤੇ ਤੁਸੀਂ ਬਸ ਪੁਆਇੰਟ ਆਊਟ ਕਰ ਦਿਓ, ਡਿਫਰੈਂਟ ਟ੍ਰੇਲਸ ਤੇ ਡਿਪੈਂਡ ਕਰਦਾ, ਇੱਥੇ ਸਾਈਕਲਿੰਗ ਅਲਾਊਡ ਨਹੀਂ ਹੈ ਜੀ, ਪਰ ਤੁਸੀਂ ਜੇ ਉੱਥੇ ਜਾ ਕੇ ਸਾਈਨ ਦੱਸ ਦਿਓ ਉੱਥੇ ਦੱਸਿਆ ਗਿਆ ਜੀ ਜੀ, ਉੱਥੇ ਤੁਸੀਂ ਸਾਈਕਲਿੰਗ ਲੈ ਕੇ ਜਾ ਸਕਦੇ ਹੋ, ਬਟ ਕਈ ਵਾਰ ਤੁਸੀਂ ਪਲੀਜ਼ ਟਰਮਸ ਐਂਡ ਕੰਡੀਸ਼ਨ ਜ਼ਰੂਰ ਪੜਿਆ ਕਰੋ ਬਿਲਕੁਲ ਕਿ ਇੱਥੇ ਕੀ ਸਪੈਸੀਫਿਕ ਲਿਖਿਆ ਹੁੰਦਾ। ਸੋ ਬੇਡਨ ਪੋਵਲ ਟ੍ਰੇਲ ਹੈਗੀ ਆ ਇਹ, ਸੋ ਇੱਥੇ ਤੁਸੀਂ ਸਾਈਕਲ ਲੈ ਕੇ ਜਾ ਸਕਦੇ ਆ, ਡੌਗ ਜਿਹੜੇ ਲੈ ਕੇ ਜਾ ਸਕਦੇ ਆ, ਸੋ ਇੱਧਰ ਦੀ ਜਾ ਕੇ ਇਹ 3.6 ਕਿਲੋਮੀਟਰ ਦੀ ਪੂਰੀ ਕ੍ਰੀਕ ਹੈਗੀ ਆ ਕਿਹਾ ਜਾ ਸਕਦਾ, ਸੋ 3.5 ਕਿਲੋਮੀਟਰ ਤੁਸੀਂ ਜਾਣਾ ਤੇ ਆਉਣਾ ਹੋ ਸਕਦਾ, ਸੋ ਇਹ ਜਿਹੜੀ ਟ੍ਰੇਲ ਕੀਤੀ ਜਾ ਸਕਦੀ ਹੈ। ਤੇ ਜੇ ਤੁਸੀਂ ਡਰਾਈਵ ਕਰਕੇ ਜਾਂਦੇ ਆ
ਦੂਜੀ ਟ੍ਰੇਲ ਤੇ ਇੱਕ ਸਾਈਡ ਡਰਾਈਵ ਕਰਕੇ ਵੀ ਆਇਆ ਜਾ ਸਕਦਾ ਤੇ 15 ਮਿੰਟ ਦੀ ਇੱਥੋਂ ਡਰਾਈਵ ਹੈਗੀ ਹੈ ਤੇ ਦੂਜੀ ਸਾਈਡ ਦੇ ਉੱਤੇ ਜਾਣਾ ਸੋ ਅਲੱਗ ਅਲੱਗ ਤਰ੍ਹਾਂ ਦੀ ਹਾਈਕ ਹੈ ਅਲੱਗ ਅਲੱਗ ਤਰ੍ਹਾਂ ਦੇ ਰਾਹ ਹੈਗੇ ਨੇ ਗੂਗਲ ਮੈਪ ਸਾਨੂੰ ਦੱਸ ਦਿੰਦੇ ਆ ਕਿ ਤੁਸੀਂ ਕਿੱਥੇ ਜਾਣਾ ਸੋ ਅੱਜ ਗੂਗਲ ਮੈਪ ਹੀ ਸਾਨੂੰ ਲੈ ਕੇ ਆਇਆ ਕਲੀਵਲੈਂਡ ਡੈਮ ਦੇ ਉੱਤੇ ਤੇ ਜਿੱਥੇ ਵਾਕ ਕੀਤੀ ਜਾ ਸਕਦੀ ਹੈ ਤੇ ਨਾਲ ਹਾਈਕ ਕੀਤੀ ਜਾ ਸਕਦੀ ਹੈ ਤੇ ਇੱਕ ਬਹੁਤ ਅਚੰਭੇ ਦੀ ਗੱਲ ਇਹ ਹੈ ਕਿ ਸਾਰਾ ਪਾਣੀ ਲੋਅਰ ਮੇਨਲੈਂਡ ਨੂੰ ਇੱਥੋਂ ਜਾਂਦਾ ਜੀ ਬਿਲਕੁਲ ਦੇ ਨਾਲ ਨਾਲ ਉਹਦੇ ਮੈਨੂੰ ਲੱਗਦਾ ਇਲੈਕਟ੍ਰਿਸਿਟੀ ਵੀ ਇੱਥੋਂ ਹੀ ਹੈ kind of ਉਧਰ ਤੁਸੀਂ ਦੇਖ ਸਕਦੇ ਹੋ ਕਿ ਰੂਮ ਹੈਗੇ ਨੇ ਸੋ ਉਹ ਵੀ ਚੀਜ਼ਾਂ ਇੱਥੋਂ ਜਾਂਦੀਆਂ ਨੇ ਪਰ ਮੇਨਲੀ ਜਿਹੜਾ ਫਰੈਸ਼ ਵਾਟਰ ਹੈਗਾ ਉਹ ਲੋਕਾਂ ਤੱਕ ਇੱਥੋਂ ਜਾਂਦਾ ਤੇ ਅਸੀਂ ਫੋਰਚੂਨੇਟ ਹੈਗੇ ਹਾਂ ਬਹੁਤ ਕਿ ਫਰੈਸ਼ ਪਾਣੀ ਸਾਡੇ ਘਰਾਂ ਦੇ ਵਿੱਚ ਆਉਂਦਾ ਅਸੀਂ ਟੈਪ ਤੋਂ ਬਿਨਾਂ ਝਿਜਕੇ ਹੋਏ ਪਾਣੀ ਭਰ ਕੇ ਪੀ ਸਕਦੇ ਹਾਂ ਇੰਨਾ ਨੈਚੁਰਲ ਅਤੇ ਇੰਨਾ ਵਧੀਆ ਪਾਣੀ ਜਿਹੜਾ ਸਾਨੂੰ ਪਹੁੰਚ ਰਿਹਾ ਅਤੇ ਕੁਦਰਤ ਹੈ ਜੀ ਕੁਦਰਤ ਮਿਹਰਬਾਨ ਹੁੰਦੀ ਹੈ ਜਿੱਥੇ ਉੱਥੇ ਹੀ ਇਹੋ ਜਿਹਾ ਕੁਛ ਪੋਸੀਬਲ ਹੋ ਸਕਦਾ ਪਰ ਹਾਂ ਕੁਦਰਤ ਦੇ ਨਾਲ ਅਸੀਂ ਖਿਲਵਾੜ ਕਰਨਾ ਬੰਦ ਕਰ ਦਈਏ ਕਿਉਂਕਿ ਇਹੀ ਪਾਣੀ ਜੇ ਇਹ ਡੈਮਸ ਦੇ ਵਿੱਚੋਂ ਨਦੀਆਂ 'ਚੋਂ ਬਾਹਰ ਆਉਣ ਲੱਗ ਜਾਂਦਾ ਨਾ ਫਿਰ ਉਹ ਸਾਡੇ ਲਈ ਖਤਰਾ ਬਣ ਜਾਂਦਾ ਪਰ ਜਦੋਂ ਇੱਥੇ ਵਹਿ ਰਿਹਾ ਚੰਗੀ ਤਰ੍ਹਾਂ ਵਹਿ ਰਿਹਾ ਸਾਫ਼ ਸਫਾਈ ਰੱਖੀ ਜਾ ਰਹੀ ਹੈ ਇੱਥੇ ਜਿਹੜਾ ਮੇਨਟੇਨੈਂਸ ਪੂਰੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖੋ ਕਿ ਕਿੰਨਾ ਚੰਗਾ ਲੱਗਦਾ ਪਾਣੀ ਪਾਣੀ ਦੇ ਕੋਲ ਬੈਠੇ ਹੋਈਏ ਤੇ ਵੀ ਸਾਊਂਡ ਕਿੰਨੀ ਸੂਦਿੰਗ ਇਫੈਕਟ ਦਿੰਦੀ ਹੈ ਸੋ ਪਾਣੀ ਦੇ ਵਿੱਚ ਨਾਲ ਨਾਲ ਤੁਸੀਂ ਦੇਖੋ ਟ੍ਰੀ ਪੂਰੇ ਮੇਨਟੇਨ ਕਰਕੇ ਰੱਖੇ ਹੋਏ ਨੇ ਤੇ ਨਾਲ ਨਾਲ ਪੂਰਾ ਦੱਸਿਆ ਹੋਇਆ ਡਾਇਰੈਕਸ਼ਨ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਕਿਹੜੇ ਪਾਸੇ ਜਾ ਸਕਦੇ ਹਾਂ ਹੁਣ ਜੇ ਤੁਸੀਂ ਇੱਧਰਲੀ ਸਾਈਡ 'ਤੇ ਜਾਓਗੇ ਕਿਉਂਕਿ ਇੱਕ ਰਾਹ ਦੇ ਵਿੱਚੋਂ ਦੋ ਦੋ ਰਾਹ ਨਿਕਲ ਰਹੇ ਆ ਹੁਣ ਜਿੱਥੇ ਅਸੀਂ ਖੜੇ ਹਾਂ ਉਹ ਲੈਫਟ ਨੂੰ ਵੀ ਰਾਹ ਜਾਂਦਾ ਰਾਈਟ ਨੂੰ ਵੀ ਰਾਹ ਜਾਂਦਾ ਤੁਸੀਂ ਦੇਖ ਸਕਦੇ ਹਾਂ ਕਿ ਮੈਂ ਲੈਫਟ ਨੂੰ ਜਾਣਾ ਰਾਈਟ ਨੂੰ ਜਾਣਾ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੇਰੇ ਰਾਹ ਦੇ ਵਿੱਚ ਓਬਸਟੈਕਲਸ ਹੋਣਗੇ ਜਾਂ ਕਿਹੜੀਆਂ ਕਿਹੜੀਆਂ ਰਾਹ ਦੇ ਵਿੱਚ ਮੈਨੂੰ ਦੇਖਣ ਨੂੰ ਚੀਜ਼ਾਂ ਮਿਲਣਗੀਆਂ ਸੋ ਕੁੱਲ ਮਿਲਾ ਕੇ ਡੈਮ ਤੇ ਹਾਈਕ ਸਾਰਾ ਕੁਛ ਇੱਕੋ ਜਗ੍ਹਾ ਦੇ ਉੱਤੇ ਆ ਇੱਕੋ ਜਗ੍ਹਾ ਦੇ ਉੱਤੇ ਤੇ ਜਿਹੜੇ ਆਪਾਂ ਅਰਸ਼ ਜੀ ਤੇ ਹਜੇ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਉੱਥੇ ਟੌਪ ਤੇ ਡੈਮ ਦੇ ਲਾਗੇ ਕਿ ਅੱਛਾ ਜੀ ਇੱਕ ਛੋਟਾ ਵੀ ਨੀਚੇ ਇੱਕ ਪੁਆਇੰਟ ਹੈਗਾ ਉਹਨੂੰ ਤੁਸੀਂ ਲੁੱਕ ਆਊਟ ਵਿਊ ਕਹਿ ਲਓ ਕਿ ਜਿੱਥੇ ਤੁਸੀਂ ਇੱਕ ਡੈਮ ਨੂੰ ਬਹੁਤ ਅੱਛੇ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ ਤੇ ਜਦ ਉਹੀ ਸੇਮ ਚੀਜ਼ ਜਿਸ ਟਾਈਮ ਜ਼ਿਆਦਾ ਬਹਾਵ ਤੇਜ਼ ਹੁੰਦਾ ਤਾਂ ਉੱਥੇ ਖੜੇ ਹੋ ਕੇ ਤੁਸੀਂ ਆਪਣੀ ਵੀਡੀਓਜ਼ ਬਣਾਓ ਸਲੋ ਮੋਸ਼ਨ 'ਚ ਵੀਡੀਓਜ਼ ਬਣਾਓ ਬਣਾਉਣੀ ਤਾਂ ਅੱਜ ਅਸੀਂ ਵੀ ਸੀਗੀ ਬਟ ਰਹਿ ਗਿਆ ਬਿਲਕੁਲ ਤੇ ਨਾਲ ਨਾਲ ਨੋ ਡਰੋਨ ਏਰੀਆ ਹੈਗਾ ਜੀ ਤੁਸੀਂ ਇੱਥੇ ਡਰੋਨ ਜਿਹੜਾ ਉਹ ਨਹੀਂ ਫਲਾਈ ਕਰ ਸਕਦੇ ਕਿਉਂਕਿ ਕੁਛ ਇਹਨਾਂ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਪ੍ਰੋਟੋਕੋਲਸ ਹੁੰਦੇ ਨੇ ਤੇ ਉਹ ਕਈ ਜਗ੍ਹਾ ਦੇ ਉੱਤੇ ਤੁਸੀਂ ਜਿਹੜਾ ਉਹ ਨਹੀਂ ਉਡਾ ਸਕਦੇ ਸੇਫਟੀ ਕੰਸਰਨ ਹੈ ਕਿਉਂਕਿ ਹੈਲੀਪੈਡ ਹੈ ਇੱਥੇ ਲੱਗ ਜੀ ਜੀ ਨਾਲ ਨਾਲ ਪਬਲਿਕ ਸੇਫਟੀ ਵੀ ਕੰਸਰਨ ਹੁੰਦੇ ਆ ਕਿਉਂਕਿ ਕਈ ਲੋਕ ਨਹੀਂ ਗੁੱਡ ਫੀਲ ਕਰਦੇ ਸਰਾਊਂਡਿੰਗ ਡਰੋਨਸ ਤੇ ਡਰੋਨ ਤੁਸੀਂ ਅਲਾਊ ਉਹਨਾਂ ਨੂੰ ਨਹੀਂ ਕੀਤੇ ਹੈਗੇ ਪਰ ਇਹ ਹੈ ਕਿ ਪਾਰਕ ਹੈਗਾ ਆ ਅਸੀਂ ਪਾਰਕ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਪਾਰਕ ਇੰਜੋਏ ਕਰ ਸਕਦੇ ਹਾਂ ਪਰ ਮੈਂ ਪੜ੍ਹ ਰਹੀ ਸੀਗੀ ਕਲੀਵਲੈਂਡ ਡੈਮ ਦੇ ਬਾਰੇ ਉਹਦੇ ਵਿੱਚ ਕਿਹਾ ਸੀ ਕਿ ਇਹ ਡੈਮ ਇਸੇ ਤਰ੍ਹਾਂ ਵਧੀਆ ਤਰੀਕੇ ਨਾਲ ਨਹੀਂ ਬਣ ਗਿਆ ਸੀ ਕਿ 51 'ਚ ਸ਼ੁਰੂ ਕੀਤਾ ਕਿ ਡੈਮ ਬਣਾਉਣੇ ਆ ਲੈਟਸ ਗੋ ਤੇ 54 'ਚ ਬਣ ਗਿਆ ਜੀ ਚੱਲ ਗਿਆ ਜੀ ਤੇ ਪਾਣੀ ਆਉਣ ਲੱਗ ਗਿਆ ਨੋ ਹਾਂਜੀ ਬਹੁਤ ਸਾਰੀਆਂ ਡਿਫਿਕਲਟੀਜ਼ ਆਈਆਂ ਬਹੁਤ ਵਾਰ ਇਹ ਡੈਮ ਜਿਹੜਾ ਉਹ ਬੰਦ ਹੋਇਆ ਫਿਰ ਉਹਦੇ ਵਿੱਚ ਆਪਰੇਸ਼ਨ ਦੇ ਵਿੱਚ ਕਾਫੀ ਜਿਹੜੀਆਂ ਇਹਨਾਂ ਨੂੰ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਡੈਮ ਰੈਗੂਲਰ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ ਇੰਸੀਡੈਂਟ ਵੀ ਕਾਫੀ ਵਾਪਰੇ ਫਿਰ ਉਸ ਤੋਂ ਬਾਅਦ ਹੌਲੀ 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 ਇਹਦੀ ਮੇਨਟੇਨੈਂਸ ਉਸ ਤਰ੍ਹਾਂ ਨਾਲ ਕੀਤੀ ਗਈ ਹੌਲੀ 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 ਆ ਗ੍ਰਿਲਸ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਤਾਂ ਕਿ ਇਹ ਸੇਫ ਹੋਵੇ ਲੋਕਾਂ ਦੇ ਲਈ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੇ ਲਈ ਤੇ ਜਿਹੜੇ ਲੋਕ ਇੱਥੇ ਜਿਹੜਾ ਇਹ ਪ੍ਰੋਸੈਸ ਹੁੰਦਾ ਪਾਣੀ ਦਾ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਾ ਆਵੇ ਸੋ ਲੋਕਾਂ ਦੀ ਫੈਸਿਲਿਟੀ ਦੇ ਲਈ ਟਾਈਮ ਟੂ ਟਾਈਮ ਅਪਗ੍ਰੇਡ ਜਿਹੜਾ ਉਹ ਕਲੀਵਲੈਂਡ ਡੈਮ ਵੀ ਕਰ ਦਿੱਤਾ ਜਾਂਦਾ ਜੀ ਜੀ ਬਿਲਕੁਲ ਤੇ ਹੁਣ ਆਪਾਂ ਆਪਣੇ ਨਾਲ ਦੇ ਨਾਲ ਆ ਦੇਖ ਸਕਦੇ ਹਾਂ ਕਿ ਇੱਥੇ ਕਿ ਇੱਕ ਤਾਂ ਜੇ ਕਿਸੇ ਨੂੰ ਨੈਚੁਰਲ ਵਾਟਰ ਵੈਸੇ ਵੀ ਆਪਾਂ ਕਹਿੰਦੇ ਨਾ ਕਿ ਜੇ ਇੱਥੇ ਆਏ ਤਾਂ ਆਹ ਆਪਾਂ ਨਹੀਂ ਕੀਤਾ ਫੀਲ ਤੇ ਆ ਨਾਲ ਦੀ ਨਾਲ ਦੇਖੋ ਟ੍ਰੇਲ ਦੇ ਨਾਲ ਹੀ ਪਾਣੀ ਜਾ ਰਿਹਾ ਕੋਈ ਤੁਹਾਡੇ ਵਾਲੀ ਗੱਲ ਸਾਊਂਡ ਦੇ ਨਾਲ ਆਪਾਂ ਜੇ ਕਿਵੇਂ ਇੰਜੋਏ ਕਰਦੇ ਆ ਆਹੀ ਸਭ ਛੋਟੀ ਛੋਟੀ ਚੀਜ਼ਾਂ ਜਿਹੜੀ ਇੱਥੇ ਆ ਕੇ ਸਾਨੂੰ ਪੀਸਫੁਲ ਐਟਮੋਸਫੀਅਰ ਦਿੰਦੀ ਹੈ ਜੀ ਬਿਲਕੁਲ ਤੇ ਕਿਉਂਕਿ ਇਹ ਇੰਨਾ ਫਰੈਸ਼ ਵਾਟਰ ਆ ਤੁਸੀਂ ਇਸੇ ਤਰ੍ਹਾਂ ਪੀ ਸਕਦੇ ਆ ਇਸ ਫਰੈਸ਼ ਵਾਟਰ ਨੂੰ ਸੋ ਇਹ ਹੈ ਕਿ ਬਿਲਕੁਲ ਪਹਾੜਾਂ ਦੇ ਵਿੱਚੋਂ ਜਿਹੜੀ ਬਰਫ਼ ਪਿਘਲ ਕੇ ਸਾਡੇ ਤੱਕ ਪਾਣੀ ਆਉਂਦਾ ਤੇ ਉਹ ਪੂਰਾ ਨੈਚੁਰਲ ਵਾਟਰ ਹੈ ਇਹ ਤੁਸੀਂ ਦੇਖਿਓ ਕਦੇ ਵੀ ਨੈਚੁਰਲ ਵਾਟਰ ਨੂੰ ਜਦੋਂ ਤੁਸੀਂ ਪੀਂਦੇ ਵੀ ਆ ਨਾ ਤੇ ਉਹਦਾ ਸਵਾਦ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਸਵਾਦ ਹੈ ਮਿੱਠਾ ਸਵਾਦ ਆਉਂਦਾ ਮਿੱਠਾ ਸਵਾਦ ਪਤਾ ਲੱਗਦਾ ਕਿ ਹਾਂ ਵੀ ਪਾਣੀ ਹੈ ਤੇ ਫਰੈਸ਼ ਪਾਣੀ ਹੈ ਉਹ ਫਰੈਸ਼ਨੈਸ ਤੁਹਾਨੂੰ ਫੀਲ ਹੁੰਦੀ ਆ ਤੇ ਇਹੀ ਵਾਟਰ ਤੁਹਾਡੇ ਘਰ 'ਚ ਵੀ ਆ ਰਿਹਾ ਤੁਸੀਂ ਜੇ ਦੇਖਣਾ ਕਿੱਥੋਂ ਆ ਰਿਹਾ ਤੇ ਇੱਥੇ ਵਿਜ਼ਿਟ ਕੀਤਾ ਜਾ ਸਕਦਾ ਕਲੀਵਲੈਂਡ ਡੈਮ ਅੱਜ ਪਹੁੰਚੇ ਹੋਏ ਆ ਤੇ ਪਹੁੰਚੇ ਹੋਏ ਆ ਨਾਰਥ ਵੈਨਕੂਵਰ ਤੇ ਤੁਸੀਂ ਦੇਖ ਰਹੇ ਹੋ ਟ੍ਰੈਵਲ ਹੌਟਸਪੌਟ ਐਕਸਪਲੋਰ ਵੀ ਕਲੀਵਲੈਂਡ ਡੈਮ
ਡੈਮ ਪਹੁੰਚੇ ਹੋਏ ਆ ਜੀ ਅਸੀਂ ਤੇ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਉੱਥੇ ਜਿੱਥੋਂ ਬਹੁਤ ਵਧੀਆ ਵਿਊ ਜਿਹੜਾ ਉਹ ਨਜ਼ਰ ਆਉਂਦਾ ਡੈਮ ਦਾ, ਕਿਉਂਕਿ ਡੈਮ ਦੇਖਣਾ ਆਪਣੇ ਆਪ 'ਚ ਐਕਸਾਈਟਿੰਗ ਆ। ਮੈਂ ਜਿਵੇਂ ਪਹਿਲਾਂ ਵੀ ਦੱਸ ਰਹੀ ਸੀ ਕਰਨ ਕਿ ਇਹ ਛੇਤੀ ਨਹੀਂ ਬਣ ਗਿਆ, ਬਹੁਤ ਸਾਰੇ ਹੈਜ਼ਰਡਸ ਆਏ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਦੇਖਣੀਆਂ ਪਈਆਂ, ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇੱਥੇ ਕੋਈ ਅਲਾਰਮ ਸਿਸਟਮ ਤੇ ਸਾਈਨ ਸਿਸਟਮ ਨਹੀਂ ਸੀਗਾ ਜੀ। ਕਿਹੜੇ ਟਾਈਮ ਦੀ ਗੱਲ ਹੈ? 4 ਦੇ ਵਿੱਚ ਬਣਿਆ, 75 ਤੱਕ ਦੇਖੋ ਕਿੰਨੇ ਸਾਲ ਹੋ ਗਏ, ਕੁਝ ਵੀ ਨਹੀਂ ਸੀ। ਫਿਰ 75 ਦੇ ਵਿੱਚ ਇੱਕ ਇਨਸੀਡੈਂਟ ਹੋਇਆ ਕਿ ਇੱਕ 9 ਸਾਲ ਦੀ ਕੁੜੀ ਇੱਥੇ ਡੈਮ ਦੇ ਉੱਤੇ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਵਰਕ ਸੇਫ ਨੇ, ਫਿਰ BC ਦੀ ਗਵਰਨਮੈਂਟ ਨੇ, ਹੋਰ ਇੰਡਸਟਰੀਅਲਿਸਟ ਨੇ ਦੱਸਿਆ ਕਿ ਇੱਥੇ ਅਲਾਰਮ ਸਿਸਟਮ ਹੋਣਾ ਚਾਹੀਦਾ ਜੀ, ਇੱਥੇ ਦੱਸਣਾ ਚਾਹੀਦਾ ਕਿ ਕਿੱਥੇ ਤੁਸੀਂ ਨਹੀਂ ਜਾਣਾ, ਕਿੱਥੇ ਜਾਣਾ, ਕਿਹੜੀ ਸਾਈਡ ਤੋਂ ਜਾਣਾ। ਫਿਰ 1975 ਦੇ ਵਿੱਚ ਇਹ ਅਲਾਰਮ ਸਿਸਟਮ ਤੇ ਨਾਲ ਨਾਲ ਆ ਜਿਹੜੇ ਆਪਾਂ ਦੱਸ ਰਹੇ ਸੀ ਸਾਈਨ, ਇਹ ਸਾਰੇ ਇੰਸਟਾਲ ਕੀਤੇ ਗਏ। ਅੱਛਾ ਜੀ, ਉਸ ਟਾਈਮ ਦੇ ਜੀ, ਉਸ ਤੋਂ ਬਾਅਦ ਵੀ ਰੁਕੀਆਂ ਨਹੀਂ ਘਟਨਾਵਾਂ। ਫਿਰ 2001 ਦੇ ਵਿੱਚ ਜਿਹੜੇ ਫਿਸ਼ਰਮੈਨ ਨੇ ਜਿਹੜੇ ਫਿਸ਼ਿੰਗ ਕਰਦੇ ਨੇ, ਜਿਹੜੇ ਉਹ ਟਰੈਪ ਹੋ ਗਏ ਸੀਗੇ ਡੈਮ ਦੇ ਵਿੱਚ, 4 ਜਾਣੇ ਸੀਗੇ। ਉਹਨਾਂ ਦੇ ਵਿੱਚੋਂ 2 ਜਾਣਿਆਂ ਦੀ ਮੌਤ ਹੋ ਗਈ ਸੀ ਤੇ 1 ਜਾਣਾ ਬਿਨਾਂ ਬੋਡੀ ਲੱਭੇ ਹੀ ਡਿਕਲੇਅਰ ਕਰ ਦਿੱਤਾ ਸੀ ਡੈਡ। ਤੇ ਇਹ ਚੀਜ਼ਾਂ ਵੀ ਜਿਹੜੀਆਂ ਵਾਪਰੀਆਂ, ਤੇ ਉਸ ਤੋਂ ਬਾਅਦ ਵੀ ਕਈ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਿਆ ਗਿਆ। ਤੇ ਦੇਖੋ ਕਿ ਬਹੁਤ ਸਾਰੇ ਆ ਕੇ ਵੀਡੀਓਜ਼ ਬਣਾਉਂਦੇ ਨੇ, ਪਿਕਚਰਸ ਖਿੱਚਦੇ ਨੇ ਤੇ ਇੰਜੋਏ ਕਰਦੇ ਨੇ ਇਸ ਚੀਜ਼ ਨੂੰ। ਜਿਵੇਂ ਮੈਂ ਦੱਸ ਰਹੀ ਸੀ ਕਿ 2001 ਦੇ ਵਿੱਚ ਵੀ ਇੱਥੇ ਹੋਇਆ, ਹਾਂਜੀ, ਤੇ ਆਪਾਂ ਨਾਲ ਨਾਲ ਕੰਟੀਨਿਊ ਵੀ ਕਰਾਂਗੇ, ਨਾਲ ਨਾਲ ਰਾਹ ਦੇ ਵਿੱਚ ਜੋ ਕੁਛ ਆ ਰਿਹਾ ਉਹ ਵੀ ਦੱਸਾਂਗੇ। ਟ੍ਰੀ ਆਫ ਲਾਈਫ ਤੇ ਟ੍ਰੀ ਦੇ ਜਿਹੜੇ ਕ੍ਰੀਏਚਰਸ ਹੈਗੇ ਆ ਉਹ ਇਹ ਦੇਖ ਸਕਦੇ ਆ ਤੁਹਾਨੂੰ ਜੇ ਤੁਸੀਂ ਇੱਥੇ ਲੰਘ ਰਹੇ ਹੈਗੇ ਆ। ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਇੱਥੇ ਦੇਖਣ ਨੂੰ। ਮੇਰੇ ਦਿਮਾਗ 'ਚ ਲੈ ਐਕਚੁਅਲੀ ਮੈਂ ਇਸ ਲਈ ਥੋੜ੍ਹਾ ਸੋਚ ਰਿਹਾ ਕਿ ਤੁਸੀਂ ਦਰਸ਼ਕਾਂ ਨੂੰ ਪ੍ਰੋਮਿਸ ਤਾਂ ਜ਼ਰੂਰ ਕੀਤਾ ਹੈ, ਨੋ ਡਾਊਟ ਅੱਛੀ ਚੀਜ਼ ਹੈ ਕਿ ਆਪਾਂ ਉਹ ਵਿਊ ਤੇ ਜਾ ਰਹੇ, ਪਰ ਮੈਨੂੰ ਆਹੀ ਨਹੀਂ ਪਤਾ ਕਿ ਆਪਾਂ ਪੱਕਾ ਉਹੀ ਵਿਊ ਤੇ ਜਾ ਰਹੇ ਹਾਂ ਕਿ ਆਪਾਂ। We will try our best. That's why it is called Explore BC. ਹਾਂਜੀ, ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਨਾਲ ਐਕਸਪਲੋਰ ਕਰ ਰਹੇ ਹਾਂ ਜੀ। ਇਹ ਹੈ ਕਿ ਇਹ ਟੀਮ ਵਰਕ ਹੈ ਜੀ, ਜੇ ਅਸੀਂ ਪਹੁੰਚਾਂਗੇ ਤਾਂ ਤੁਹਾਨੂੰ ਵੀ ਲੈ ਕੇ ਜਾਵਾਂਗੇ, ਜੇ ਅਸੀਂ ਨਹੀਂ ਪਹੁੰਚਾਂਗੇ ਫਿਰ ਤੁਸੀਂ ਵੀ ਇੱਥੇ ਬੈਠੇ ਇੰਜੋਏ ਜਿਹੜਾ ਉਹ ਕਰੀ ਚੱਲੋ, ਨਾਲ ਨਾਲ ਦੱਸੀ ਚੱਲੋ ਕਿ ਤੁਹਾਨੂੰ ਇਹ ਐਪੀਸੋਡ ਕਿਵੇਂ ਦਾ ਲੱਗ ਰਿਹਾ। ਤੇ ਕਰੰਟ 2020 ਦੇ ਵਿੱਚ ਵੀ ਇੱਕ ਇੰਸੀਡੈਂਟ ਹੋਇਆ, ਹਾਂਜੀ, ਉਹ ਇਨਸੀਡੈਂਟ ਨੇ ਵੀ ਇੱਥੇ ਬਹੁਤ ਸਾਰੀਆਂ ਚੇਂਜਸ ਲੈ ਕੇ ਆਉਂਦੀਆਂ। ਸੋ ਇਹ ਹੈ ਕਿ ਬੰਦਾ ਹਮੇਸ਼ਾ ਗਲਤੀਆਂ ਤੋਂ ਸਿੱਖਦਾ, ਗਲਤੀਆਂ ਤੋਂ ਸਿੱਖਦਾ, ਪਰ ਇੰਨੀ ਵੱਡੀ ਗਲਤੀ ਇਹ ਨਹੀਂ ਅਫੋਰਡ ਕਰਦੇ, ਐਕਸੈਪਟੇਬਲ ਨਹੀਂ ਹੈ। ਹਾਂਜੀ, ਕਿਉਂਕਿ ਇਹ ਇੱਕ ਲੋਕਾਂ ਦੇ ਲਈ ਬਣੀ ਹੋਈ ਚੀਜ਼ ਹੈਗੀ ਆ, ਕਿੱਥੇ ਲੋਕ ਆ ਰਹੇ ਨੇ ਤੇ ਉਹਨਾਂ ਦੀ ਜਾਨ ਦਾ ਸਵਾਲ ਹੈਗਾ, ਕਿਉਂਕਿ ਇੱਕ ਜੰਗਲ ਏਰੀਏ ਦੇ ਵਿੱਚ ਆਉਣਾ ਤੇ ਫਿਰ ਉੱਥੇ ਆ ਕੇ ਐਕਸਪਲੋਰ ਕਰਨਾ, ਹੁਣ ਜੇ ਕੋਈ ਫਨ ਦੇ ਲਈ ਆਇਆ ਤੇ ਘਰ ਨਹੀਂ ਵਰਤ ਰਿਹਾ ਤੇ ਇਟਸ ਨਾਟ ਐਕਸੈਪਟੇਬਲ। ਸੋ ਇਸੇ ਕਰਕੇ ਟਾਈਮ ਟੂ ਟਾਈਮ ਅਪਗ੍ਰੇਡ ਕੀਤਾ ਜਾਂਦਾ, ਟਾਈਮ ਟੂ ਟਾਈਮ ਜਿਹੜਾ ਹੈ ਉਹ ਦੱਸਿਆ ਜਾਂਦਾ ਕਿ ਇੱਥੇ ਤੁਸੀਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ। ਟਾਈਮ ਟੂ ਟਾਈਮ ਨੂੰ ਬੰਦ ਕੀਤਾ ਜਾਂਦਾ, ਵਰਕਰਸ ਦੀ ਸੇਫਟੀ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਂਦਾ, ਲੋਕਾਂ ਦੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਤਾਂ ਕਿ ਹਰ ਕੋਈ ਜਿਹੜਾ ਉਹ ਸੇਫ ਰਵੇ, ਸਾਊਂਡ ਰਵੇ ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਪਹੁੰਚਣ ਦੀ, ਬਹੁਤ ਸਟੀਪ ਵਾਕ ਹੈਗੀ ਆ। ਸੋ ਧਿਆਨ ਦੇ ਨਾਲ ਫਿਰ ਉਹੀ ਗੱਲ, ਆਪਣੇ ਸ਼ੂ ਜਿਹੜੇ ਆ ਉਹ ਦੇਖ ਕੇ ਪਾ ਕੇ ਆਓ ਕਿ ਤੁਹਾਡੇ ਵਾਕ ਕਰਨ ਵਾਲੇ ਸ਼ੂ ਹੈਗੇ ਆ, ਤੇ ਨਾਲ ਨਾਲ ਕਲੋਥ ਉਸ ਤਰ੍ਹਾਂ ਦੇ ਪਾ ਕੇ ਆਓ ਮੈਨੂੰ ਲੱਗਦਾ ਤੁਸੀਂ ਹਾਈਕ ਜਿਹੜੀ ਆ ਉਹ ਇੱਥੇ ਕਰ ਸਕੋ ਜੀ। ਤੁਸੀਂ ਕੀ ਕਹਿੰਦੇ? ਮੈਂ ਉਹ ਕਹਿ ਰਿਹਾ ਚਲੋ ਉਹ ਸ਼ਾਇਦ ਆਪਾਂ ਵਿਊ ਤੇ ਤਾਂ ਨਹੀਂ ਪਹੁੰਚੇ, ਪਰ ਆਪਾਂ ਸ਼ਾਇਦ ਨਵੀਂ ਚੀਜ਼ ਅੱਜ ਐਕਸਪਲੋਰ ਕਰ ਲਈ ਜੀ ਕਿ ਆਪਾਂ ਜੀ ਕਿੱਥੇ ਪਹੁੰਚ ਰਹੇ, ਰਾਈਟ? ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀਗਾ, ਤੇ ਅੱਜ ਇਹ ਮੈਂ ਫਸਟ ਟਾਈਮ ਮੈਂ ਆਪ ਜੇ ਵਿਜ਼ਿਟ ਕਰਕੇ ਦੇਖ ਰਿਹਾ ਕਿ ਆਹ ਟ੍ਰੇਲ ਕਿੱਥੇ ਲੈ ਕੇ ਆਈ ਹੈ ਸਾਨੂੰ। ਅਸੀਂ ਆ ਤਾਂ ਗਏ ਆ, ਕਰਨ ਮੁੜਨਾ ਕਿਵੇਂ ਆ? ਮੁੜਨਾ, ਅੱਛਾ ਇੱਕ ਤੁਸੀਂ ਐਪੀਸੋਡ ਦੀ ਗੱਲ ਕਰ ਰਹੇ ਸੀਗੇ, ਅਸੀਂ ਕਿਵੇਂ ਲੈ ਕੇ ਆਉਂਦੇ ਐਪੀਸੋਡ, ਤੇ ਮੈਂ ਆਹ ਦੱਸਣਾ ਚਾਹੁੰਗਾ ਜੀ ਐਪੀਸੋਡ ਬਹੁਤ ਈਜ਼ੀਲੀ ਆਪਾਂ ਕੱਢ ਸਕਦੇ, ਰਾਈਟ? ਬਸ ਜ਼ਿਆਦਾ ਕੁਛ ਨਹੀਂ ਹੁੰਦਾ, ਜੇ ਇੰਨੇ ਨੀਚੇ ਆਏ ਹੋ ਤਾਂ ਬਸ ਤੁਹਾਡੇ ਹੁਣ ਰਾਤ ਨੂੰ ਜਾ ਕੇ ਲੱਤਾਂ ਹੀ ਦੁਖਣੀਆਂ, ਬਸ ਕੋਈ ਜ਼ਿਆਦਾ ਗੱਲ ਨਹੀਂ ਹੈ। ਬਿਲਕੁਲ, ਹਾਈਕ ਕਰਦੇ ਰਹਿਣਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੇ ਨਾਲ ਆਉਣਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜਾ ਸਕਦੇ ਹਾਂ ਜਾਂ ਨਹੀਂ। ਸੋ ਉਹ ਤੁਹਾਨੂੰ ਡੈਮ ਦਿਖ ਰਿਹਾ ਜੀ। ਵਾਓ ਅਰਜੀ, ਆ ਮੇਰੇ ਲਈ ਪਹਿਲੀ ਵਾਰ, ਮੈਂ ਨਹੀਂ ਆਇਆ ਸੀ ਇੱਥੇ ਤੱਕ ਕਦੇ। ਓ ਨਾਈਸ, ਤੁਸੀਂ ਆਏ? ਮੈਂ ਨਹੀਂ ਆਈ ਜੀ ਇੱਥੇ ਪਹਿਲਾਂ, ਤੇ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਆ। ਆ ਬੇਸਿਕਲੀ ਜੇ ਅਸੀਂ ਸਸਪੈਂਸ਼ਨ ਬ੍ਰਿਜ ਜਾਂਦੇ ਆ, ਅਸੀਂ ਲਿਨ ਕੈਨੀਅਨ ਜਾਂਦੇ ਆ, ਉੱਥੇ ਤੁਹਾਨੂੰ ਸੇਮ ਚੀਜ਼ਾਂ ਦਿਸਣਗੀਆਂ ਜੀ, ਬਟ ਡਿਫਰੈਂਟ ਵਿਊਜ਼ ਦੇ ਨਾਲ, ਡਿਫਰੈਂਟ ਵਿਊਜ਼ ਦੇ ਨਾਲ ਤੇ ਡਿਫਰੈਂਟ ਟਾਈਪ ਦੀ ਹਾਈਕ ਦੇ ਨਾਲ। ਤੇ ਹੁਣ ਦੇਖੋ ਲਿਨ ਕੈਨੀਅਨ ਜਮਾ ਸਟ੍ਰੇਟ 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 ਜਾ ਕੇ ਆਪਾਂ ਦਿਖਾਇਆ ਸੀਗਾ ਕਿ ਲੈਫਟ ਸਾਈਡ ਤੇ ਨਾਲ ਆਪਸ ਬਣਾਏ ਹੋਏ ਆ ਵਿੱਚ ਵਿਚਕਾਰ ਆਕਰਸ਼ਿਤ ਕਰਨ ਨੂੰ, ਕਿ ਤਾਂ ਕਿ ਲੋਕ ਜਿਹੜੇ ਨੇ ਉਹ ਆਣ ਤੇ ਆ ਕੇ
ਇੰਜੋਏ ਕਰਨ, ਬੱਚੇ ਆ ਕੇ ਇੰਜੋਏ ਕਰਨ। ਹੁਣ ਸਮਟਾਈਮਸ ਵਾਕ ਬੱਚੇ ਨਹੀਂ ਲਾਈਕ ਕਰਦੇ, ਉਹ ਕਹਿੰਦੇ ਕਿ ਤੁਸੀਂ ਤੁਰੇ ਜਾਂਦੇ ਆ, ਕੋਈ ਫਨ ਐਕਟੀਵਿਟੀ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਫਨ ਐਕਟੀਵਿਟੀਜ਼ ਇੰਸਟਾਲ ਕਰਤੀਆਂ ਤਾਂ ਕਿ ਉਹ ਪਰਿਵਾਰ ਆਉਣ, ਆਪਣੇ ਬੱਚਿਆਂ ਨੂੰ ਲੈ ਕੇ ਆਉਣ, ਸਾਰੇ ਪਰਿਵਾਰ ਇਕੱਠੇ ਹੋ ਕੇ ਆਉਣ। ਸੋ ਕਲੀਵਲੈਂਡ ਡੈਮ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਇੰਟਰਸਟਿੰਗ ਚੀਜ਼ਾਂ ਜਾਂ ਫਨ ਫੈਕਟ ਘੱਟ ਹੋਣਗੇ, ਪਰ ਹਾਂ ਨੇਚਰ ਦੇ ਨਾਲ ਜਿਹੜੇ ਪਿਆਰ ਕਰਦੇ ਆ ਉਹਨਾਂ ਦੇ ਲਈ ਇਟਸ ਅ ਬੈਸਟ ਪਲੇਸ ਟੂ ਕਮ। ਨੇਚਰ ਪਲੱਸ ਫਿਟਨੈਸ ਜੋੜੋ ਜੀ। ਜੀ ਫਿਟਨੈਸ ਨੂੰ ਜਿਹੜੇ ਪਿਆਰ ਕਰਦੇ ਆ ਉਹ ਇਹੋ ਜੀ ਹਾਈਕ ਤਾਂ ਬਿਲਕੁਲ ਵੀ ਨਾ ਛੱਡਣ। ਤੇ ਉਹ ਦੇਖ ਸਕਦਾ ਮੈਂ ਆਈ ਗੈਸ, ਹੁਣ ਪਤਾ ਨਹੀਂ ਉਹ ਸ਼ਾਇਦ ਫਿਸ਼ਿੰਗ ਕਰ ਰਹੇ ਨਹੀਂ ਜਾਂ ਚੀਜ਼ ਕੁਛ, ਮੈਨੂੰ ਲੱਗਦਾ ਕੁਛ ਗਿਰ ਨਾ ਗਈ ਹੋਏ ਕਿਸੇ ਦੀ। ਆਪਾਂ ਜਾ ਕੇ ਐਕਸਪਲੋਰ ਕਰਦੇ ਆ ਜੀ, ਅਸੀਂ ਐਕਸਪਲੋਰ ਕਰਨ ਦੇ ਲਈ ਪਹੁੰਚੇ ਆ ਤਾਂ ਐਕਸਪਲੋਰ ਕਰਾਂਗੇ ਜ਼ਰੂਰ ਕਿ ਬੀਸੀ ਦੇ ਵਿੱਚ ਹਿਡਨ ਜੈਮਸ ਹੈਗੇ ਨੇ, ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਨ ਜਿਹੜੀਆਂ ਬਹੁਤ ਫੈਸੀਨੇਟ ਕਰਦੀਆਂ ਨੇ। ਤੇ ਕਈ ਵਾਰੀ ਅਸੀਂ ਇੰਨੇ ਸਾਲ ਹੋ ਗਏ ਰਹਿੰਦਿਆਂ ਨੂੰ ਤੇ ਕਈ ਵਾਰੀ ਅਸੀਂ ਵੀ ਕਹਿੰਦੇ ਆ ਉਹ ਅੱਛਾ ਨਹੀਂ ਸੁਣਿਆ ਨਹੀਂ, ਸਮਟਾਈਮਸ ਹੁੰਦਾ ਆਪਾਂ ਸੁਣਿਆ ਹੁੰਦਾ ਵਿਜ਼ਿਟ ਨਹੀਂ ਕੀਤਾ ਹੁੰਦਾ। ਵਾਓ ਅਰਸ਼ ਜੀ, ਇਹ ਇੱਥੇ ਮੈਂ ਇੱਕ ਆ ਚੀਜ਼ ਐਡ ਕਰਨਾ ਚਾਹੂੰਗਾ, ਇਹ ਅਹੇ ਜਿਹਾ ਵਿਊ ਹੈ ਜਿਹੜਾ ਜੇ ਤੁਸੀਂ ਡੈਮ ਤੋਂ ਨਹੀਂ ਦੇਖ ਸਕਦੇ ਤਾਂ ਇਹਦੇ ਲਈ ਤਾਂ ਤੁਹਾਨੂੰ ਜੀ ਪੱਕਾ ਟ੍ਰੇਲ ਲੈਣੀ ਪੈਣੀ ਹੈ, ਹਾਈਕਿੰਗ ਕਰਕੇ ਆਉਣਾ ਪੈਣਾ, ਕਿਉਂਕਿ ਆ ਦੇਖੋ ਡੈਮ ਤੋਂ ਸਾਨੂੰ ਦਿਖਦਾ ਹੀ ਨਹੀਂ ਹੈਗਾ। ਉੱਥੇ ਕਿਉਂ ਨਹੀਂ ਦਿਖਦਾ? ਕਿਉਂਕਿ ਉੱਥੇ ਗ੍ਰਿਲਸ ਵੀ ਲੱਗੀਆਂ ਹੋਈਆਂ ਨੇ ਜੋ ਦੂਸਰੀ ਸਾਈਡ ਤੇ ਰਹਿ ਜਾਂਦਾ ਹੈ। ਜੀ ਜੀ ਉਹ ਦੇਖੋ ਜੀ, ਨਹੀਂ ਐਕਚੁਅਲੀ ਮੈਨੂੰ ਲੱਗਦਾ ਲੋਕੀ ਫਿਸ਼ਿੰਗ ਹੀ ਕਰ ਰਹੇ ਆ। ਉਹ ਦੇਖੋ ਸਾਹਮਣੇ, ਯੈਸ ਉਹ ਆਪਣੀ ਆਪਣੀ ਫਿਸ਼ਿੰਗ ਲੈ ਕੇ ਆਏ, ਫਿਸ਼ਿੰਗ ਰੋਡਸ ਲੈ ਕੇ ਆਏ ਨੇ। ਯੈਸ ਅਰ ਜੀ ਆ ਵੀ ਐਕਟੀਵਿਟੀ ਹੈ। ਆਈ ਥਿੰਕ ਇਹ ਜਿਹੜਾ ਉਹ ਕਰ ਲੈਣਾ ਚਾਹੀਦਾ ਹੈਗਾ ਕਿ ਪਹਿਲਾਂ ਪਤਾ ਕਰ ਲੈਣਾ ਚਾਹੀਦਾ ਤੁਸੀਂ ਕੀ ਆ, ਪਰਮਿਸ਼ਨਸ ਵਗੈਰਾ ਬਾਰੇ ਪਤਾ ਕਰ ਲੈਣਾ ਚਾਹੀਦਾ ਕਿ ਤੁਹਾਨੂੰ ਕਿੰਨੀਆਂ ਪਰਮਿਸ਼ਨਸ ਜਿਹੜੀਆਂ ਨੇ ਉਹ ਮਿਲ ਰਹੀਆਂ ਹੈਗੀਆਂ ਨੇ। ਸੋ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਆ ਗਏ। ਅਰਜੀ ਇਕੱਲਾ ਹੀ ਏਰੀਆ ਨਹੀਂ ਹੈ, ਜੇ ਤੁਸੀਂ ਇੱਥੇ ਆ ਕੇ ਥੋੜੇ ਜਿਹੇ ਸ਼ਾਰਟਸ ਲਓ, ਇੱਧਰ ਆਓ, ਇੱਧਰ ਮੇਰੇ ਵੱਲ ਆਓ ਜੀ, ਉਹ ਦੇਖੋ ਇਹ ਇਕੱਲੇ ਹੀ ਬੰਦੇ ਨਹੀਂ ਹੈ, ਮੈਨੂੰ ਲੱਗਦਾ ਫਿਸ਼ਿੰਗ ਲਈ ਏਰੀਆ ਬੜਾ ਫੇਮਸ ਹੈਗਾ। ਓ ਨਾਈਸ, ਸੋ ਜੀ ਤੁਸੀਂ ਇੰਜੋਏ ਕਰੋ ਵਿਊ ਨੂੰ ਤੇ ਅਸੀਂ ਹੋਰ ਹਿਡਨ ਚੀਜ਼ਾਂ ਤੁਹਾਨੂੰ ਦਿਖਾਉਂਦੇ ਹਾਂ ਕਲੀਵਲੈਂਡ ਡੈਮ ਦੇ ਉੱਤੇ। ਹਾਂਜੀ ਅਰਸ਼ ਜੀ, ਫਿਰ ਕਾਰਸ ਵਾਲੀ ਇਨਫੋਰਮੇਸ਼ਨ ਦੇਣਾ ਚਾਹੋਗੇ ਤੁਸੀਂ? ਜੀ ਬਿਲਕੁਲ, ਅਸੀਂ ਵੀ ਐਕਸਪਲੋਰ ਕਰ ਰਹੇ ਹਾਂ ਤੁਹਾਡੇ ਨਾਲ ਨਾਲ ਫਿਸ਼ਿੰਗ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਦਾ। ਮੈਂ ਦੇਖ ਰਹੀ ਸੀਗੀ ਕਿ ਫਿਸ਼ ਤਾਂ ਹਜੇ ਤੱਕ ਵਿਚਾਰੇ ਤੋਂ ਫੜੀ ਨਹੀਂ ਗਈ ਹੈਗੀ, ਪਰ ਦੇ ਆਰ ਕੀਪ ਟ੍ਰਾਇੰਗ, ਟ੍ਰਾਈ ਕਰਦੇ ਰਹਿਣਾ ਚਾਹੀਦਾ ਹੈ, ਯੂ ਨੈਵਰ ਨੋ ਤੁਹਾਡਾ ਲੱਕ ਕਿੱਥੇ ਕੰਮ ਕਰ ਜਾਵੇ। ਹੁਣ ਪਾਰਕਿੰਗ ਦੇ ਵਿੱਚ ਅਸੀਂ ਪਾਰਕ ਲਗਾਇਆ ਜਿੱਥੇ ਪਾਰਕ ਦੇ ਕੋਲ ਪਾਰਕਿੰਗ ਹੈ, ਸੋ ਉੱਥੋਂ ਅਸੀਂ ਅੰਦਰ ਆਏ ਹਾਂ। ਪਰ ਇਨ ਸਾਈਡ ਮੇਰੇ ਬਿਲਕੁਲ ਪਿੱਛੇ ਤੁਸੀਂ ਦੇਖ ਸਕਦੇ ਹਾਂ ਕਿ ਕਾਰਾਂ ਜਿਹੜੀਆਂ ਨੇ ਉਹ ਪਾਰਕ ਕੀਤੀਆਂ ਹੋਈਆਂ ਨੇ, ਸੋ ਅੰਦਰ ਵੀ ਕਾਰਾਂ ਆ ਸਕਦੀਆਂ ਨੇ। ਜਿਵੇਂ ਮੈਂ ਪਹਿਲਾਂ ਟ੍ਰੇਲ ਦੇ ਕੋਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਕਾਰ ਪਾਰਕਿੰਗ ਏਰੀਆ ਇੱਕ ਡਿਫਰੈਂਟ ਜਗ੍ਹਾ ਦੇ ਉੱਤੇ ਵੀ ਹੈ, ਸੋ ਤੁਹਾਨੂੰ ਅਲੱਗ ਅਲੱਗ ਜਗ੍ਹਾ ਜਿਹੜੀਆਂ ਨੇ ਉਹ ਐਕਸਪਲੋਰ ਕਰਨ ਦਾ ਮੌਕਾ ਜਿਹੜਾ ਉਹ ਦਿੱਤਾ ਜਾਂਦਾ। ਜੇ ਤੁਸੀਂ ਪਾਰਕ ਦੇ ਵਿੱਚ ਆਉਣਾ ਤਾਂ ਪਾਰਕ ਵਾਲੀ ਐਂਟਰੀ ਹੈ, ਪਰ ਜੇ ਤੁਸੀਂ ਇੱਥੇ ਕਰ ਸਕਦੇ ਹਾਂ ਸਰਚ ਕਿ ਤੁਸੀਂ ਕੈਂਪਿੰਗ ਦੇ ਲਈ ਆਉਣਾ, ਹਾਈਕ ਦੇ ਲਈ ਆਉਣਾ, ਡੇ ਕੈਂਪਿੰਗ ਦੇ ਲਈ ਆਉਣਾ, ਇੱਕ ਦਿਨ ਬੈਠਣ ਦੇ ਲਈ ਆਉਣਾ, ਕਿਉਂਕਿ ਮੇਰੇ ਪਿੱਛੇ ਇੱਕ ਲੇਡੀ ਨੇ ਬੀਚ ਚੇਅਰ ਡਾਈ ਹੋਈ ਆ। ਤੁਸੀਂ ਡਾਈ ਹੋਈ ਕਹਿੰਦੇ ਆ, ਰੱਖੀ ਹੋਈ ਕਹਿੰਦੇ ਆ, ਤੁਸੀਂ ਜੋ ਮਰਜ਼ੀ ਸ਼ਬਦ ਜਿਹੜਾ ਯੂਜ਼ ਕਰ ਸਕਦੇ ਆ। ਉਹ ਦੇਖ ਸਕਦੇ ਆ ਕਿ ਆਪਾਂ ਪੁੱਲ ਤੇ ਆਪਣੇ ਬੁੱਕ ਪੜ ਰਹੇ ਆ। ਹਾਂਜੀ, ਸੋ ਉਹ ਬੁੱਕ ਪੜ ਰਹੀ ਹੈ ਤੇ ਨਾਲ ਨਾਲ ਇੰਜੋਏ ਕਰ ਰਹੀ ਹੈ। ਤੁਸੀਂ ਦੇਖੋ ਕਿ ਉਹਨੇ ਇਨ ਬਿਟਵੀਨ ਆਪਣੀ ਚੇਅਰ ਰੱਖੀ ਹੋਈ ਹੈ ਤੇ ਉਹ ਆਪਣਾ ਇੰਜੋਏ ਕਰ ਰਹੀ ਹੈ। ਤੇ ਅਰਜੀ ਇੱਥੇ ਇੱਕ ਉਹ ਦਿਖਾਓਗੇ, ਆ ਦਿਖਾ ਰਿਹਾ ਸੀਗਾ ਮੈਂ ਦਰਸ਼ਕਾਂ ਨੂੰ ਕਿ ਇੱਥੇ ਟ੍ਰਾਂਸਪੇਰੈਂਟ ਕਿੰਨਾ ਪਾਣੀ, ਸਾਫ ਪਾਣੀ ਆਪਾਂ ਜਿਹੜਾ ਗੱਲ ਕਰ ਰਹੇ ਸੀ, ਸਾਫ ਪਾਣੀ। ਸੋ ਇਹ ਜੀ ਪੂਰੇ ਥੱਲੋਂ ਤੱਕ ਪੱਥਰ ਚੋਂ ਤੁਹਾਨੂੰ ਜਿਹੜੇ ਉਹ ਦਿਖ ਰਹੇ ਹੈਗੇ ਆ, ਸੋ ਗ੍ਰੀਨ ਵਾਟਰ ਹੈ, ਪਰ ਜਦੋਂ ਤੁਸੀਂ ਹੱਥ 'ਚ ਚੱਕੋਗੇ ਤਾਂ ਗ੍ਰੀਨ ਨਹੀਂ ਹੋਏਗਾ, ਨੈਚੁਰਲ ਵਾਟਰ ਹੋਏਗਾ। ਇਹ ਤਾਂ ਸਿਰਫ ਅੰਦਰ ਜਿਸ ਤਰ੍ਹਾਂ ਦੇ ਪੱਥਰ ਹੈ, ਪਿੱਛੇ ਤੁਸੀਂ ਉਹ ਹਰਿਆਲੀ ਜੰਮੀ ਹੋਈ ਹੈ, ਕਾਈ ਜੰਮੀ ਹੋਈ ਹੈ, ਉਹਦੇ ਕਰਕੇ ਇਹ ਪਾਣੀ ਜਿਹੜਾ ਉਹ ਤੁਹਾਨੂੰ ਗ੍ਰੀਨ ਕਲਰ ਦਾ ਇਫੈਕਟ ਦੇ ਰਿਹਾ। ਪਰ ਤੁਸੀਂ ਅਲਬਰਟਾ ਵਾਲੇ ਪਾਸੇ ਜਾਓਗੇ ਉੱਥੇ ਇਹ ਪਾਣੀ ਦਾ ਰੰਗ ਨੀਲਾ ਹੋ ਜਾਂਦਾ। ਹਾਂਜੀ, ਸੋ ਤੁਸੀਂ ਦੇਖੋ ਕਿ ਇਹ ਵੀ ਆਪਣੇ ਆਪ 'ਚ ਬਿਊਟੀ ਹੈ ਕਿ ਜਦੋਂ ਤੁਸੀਂ ਥੋੜੇ ਕਿਲੋਮੀਟਰ ਦੂਰ ਚਲੇ ਜਾਂਦੇ ਆ ਪਾਣੀ ਦਾ ਰੰਗ ਵੀ ਚੇਂਜ ਹੋ ਜਾਂਦਾ। ਕਿਤੇ ਤੁਹਾਨੂੰ ਗ੍ਰੀਨਿਸ਼ ਬਲੂਇਸ਼ ਮਿਲੂਗਾ, ਕਿਤੇ ਤੁਹਾਨੂੰ ਜਿਹੜਾ ਕਲੀਅਰ ਵਾਟਰ ਮਿਲੂਗਾ, ਕਿਤੇ ਤੁਹਾਨੂੰ ਜਿਹੜਾ ਉਹ ਬਿਲਕੁਲ ਸਾਫ ਪਾਣੀ ਜਿਹੜਾ ਉਹ ਨਜ਼ਰ ਆਏਗਾ। ਸੋ ਅਲੱਗ ਅਲੱਗ ਤਰ੍ਹਾਂ ਦਾ ਵਾਟਰ ਹੈਗਾ। ਸੋ ਜਿਵੇਂ ਮੈਂ ਕਹਿ ਰਹੀ ਸੀ ਕਿ ਡੇ ਕੈਂਪਿੰਗ, ਕੈਂਪਿੰਗ ਦੇ ਲਈ ਆਇਆ ਜਾ ਸਕਦਾ, ਉਹਦੇ ਲਈ ਬੈਂਚਸ ਬਣੇ ਹੋਏ ਨੇ ਇੱਥੇ। ਤੇ ਤੁਸੀਂ ਇਹ ਦੇਖੋ ਕਿ ਇਸ ਬੈਂਚਸ ਦੇ ਉੱਤੇ ਲੋਕੀ ਜਿਹੜੇ ਨੇ ਉਹ ਬੁੱਕ ਕਰ ਲੈਂਦੇ ਨੇ। ਜੇ ਬੁਕਿੰਗ ਸਿਸਟਮ ਨਹੀਂ ਹੈਗਾ ਤਾਂ ਫਿਰ ਇਹ ਹੈ ਕਿ ਤੁਸੀਂ ਆਓ ਤੇ ਆ ਕੇ ਜਿਹੜਾ ਫਰਸਟ ਕਮ ਫਰਸਟ ਸਰਵ ਜਿਹੜਾ ਕਰ ਸਕਦੇ ਆ। ਸੋ ਇਹ ਦੇਖੋ ਜੀ, ਇਹ ਬਾਉਲਸ ਰੱਖੇ ਹੋਏ ਨੇ, ਤੇ ਬਾਉਲ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਕਿ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਮਿੱਟੀ ਪੱਥਰ ਜਿਹੜਾ ਹੈਗਾ। ਤੇ ਉੱਤੇ ਤੁਸੀਂ ਇੱਥੇ ਦੇਖ ਸਕਦੇ ਆ ਕਿ ਲੈਂਸਸ ਲਗਾਏ ਹੋਏ ਆ, ਅਗਰ ਮੈਗਨੀਫਾਈਰ ਗਲਾਸ ਮੈਗਨੀਫਾਈ ਗਲਾਸਸ ਦੇ ਨਾਲ ਤੁਸੀਂ ਜਿਹੜਾ
ਉਹ ਦੇਖ ਸਕਦੇ ਆ। ਓ ਓਕੇ, ਨਾਓ ਆਈ ਕੈਨ ਸੀ ਇਹਦੇ ਵਿੱਚ ਜਿਹੜੀ ਮਿੱਟੀ ਆ ਉਹ ਰੱਖੀ ਹੋਈ ਆ, ਪਰ ਜਦੋਂ ਤੁਸੀਂ ਲੈਂਸ ਦੇ ਥਰੂ ਦੇਖੋਗੇ ਨਾ ਤੁਹਾਨੂੰ ਛੋਟੇ ਛੋਟੇ ਜਰਮਸ ਨਜ਼ਰ ਆਉਣਗੇ। ਇੱਕ ਮਿੰਟ ਆਪਾਂ ਕੈਮਰੇ ਦੇ ਥਰੂ ਹੀ ਦੇਖਦੇ ਹਾਂ ਜੇ ਸਾਨੂੰ ਕੁਝ ਮਿਲਦਾ। ਸੋ ਛੋਟੇ ਛੋਟੇ ਕ੍ਰੀਏਚਰਸ, ਛੋਟੇ ਛੋਟੇ ਜਿਵੇਂ ਸੁੰਡੀਆਂ ਹੁੰਦੀਆਂ ਨਾ, ਹਾਂਜੀ, ਉਹ ਤੁਹਾਨੂੰ ਹਿਲਦੀਆਂ ਨਜ਼ਰ ਆਉਣਗੀਆਂ ਇਹਦੇ ਵਿੱਚ। ਦੇਖੋ ਕੁਦਰਤ ਦੀ ਕੈਸਾ ਕ੍ਰਿਸ਼ਮਾ ਕਿ ਨਿੱਕੇ ਨਿੱਕੇ ਜੀਵਾਂ ਦੇ ਵਿੱਚ, ਨਿੱਕੀਆਂ ਨਿੱਕੀਆਂ ਉਹਦੇ ਵਿੱਚ ਵੀ ਜਾਨ ਹੈਗੀ ਆ। ਸੋ ਤੁਸੀਂ ਜੇ ਇਹ ਦੇਖਣਾ, ਤੁਸੀਂ ਕੈਮਰੇ ਦੇ ਥਰੂ ਟਰਾਈ ਕੀਤੀ ਆ ਬਟ ਇੰਨਾ ਨਜ਼ਰ ਨਹੀਂ ਆਇਆ, ਬਟ ਤੁਸੀਂ ਆਪਣੀ ਨਜ਼ਰ ਦੇ ਨਾਲ ਦੇਖ ਸਕਦੇ ਆ। ਬਹੁਤਾ ਦੂਰ ਨਹੀਂ ਹੈਗਾ, ਨਾਰਥ ਵੈਨਕੂਵਰ ਆ, ਗੱਡੀ ਚੱਕੋ ਤੇ ਤੁਸੀਂ ਪਹੁੰਚ ਸਕਦੇ ਹੋ, ਤੇ ਨਾਲ ਨਾਲ ਟ੍ਰਾਂਸਿਟ ਐਕਸੈਸਿਬਲ ਵੀ ਹੈਗਾ। ਜਿਹੜੇ ਪਾਣੀ ਦੇ ਵਿੱਚ ਨੇ, ਪਰ ਜਦੋਂ ਤੁਸੀਂ ਲੈਂਸ ਦੇ ਥਰੂ ਦੇਖਦੇ ਆ ਤੇ ਤੁਹਾਨੂੰ ਹੋਰ ਵਾਈਡ ਦੇਖਦੇ ਆ, ਤੇ ਇਹਦੇ ਨਾਲ ਨਾਲ ਤੁਹਾਨੂੰ ਸ਼ਾਇਦ ਉਹ ਪਿੱਛੇ ਜਿਹੜਾ ਨਜ਼ਰ ਆ ਰਿਹਾ ਨਾ, ਉਹ ਸਾਨੂੰ ਇਦਾਂ ਲੱਗ ਰਿਹਾ ਕਿ ਜਿਵੇਂ ਡੱਕਾ ਹੀ ਹੁੰਦਾ, ਲੱਕੜ ਦਾ ਹੀ ਪੀਸ ਹੁੰਦਾ ਛੋਟਾ ਜਿਹਾ, ਬਟ ਜਦੋਂ ਤੁਸੀਂ ਲੈਂਸ ਦੇ ਥਰੂ ਦੇਖਦੇ ਆ ਮੂਵ ਕਰਦਾ, ਇਟਸ ਮੂਵਿੰਗ ਐਂਡ ਇਟਸ ਅ ਕ੍ਰੀਏਚਰ, ਇਹ ਛੋਟਾ ਜਿਹਾ ਕੋਈ ਕੁਝ ਹੋਏਗਾ। ਓ ਮਾਈ ਗੋਡ, ਦੈਟ ਪਰ ਆਪਾਂ ਹੁਣ ਨਹੀਂ ਕਹਿ ਸਕਦੇ ਅਰਜੀ ਆਹ ਵਾਲੀ ਚੀਜ਼ ਕਿ ਆਪਾਂ, ਮੈਨੂੰ ਲੱਗਦਾ ਕਿ ਆਹ ਪਾਣੀ ਪੀਣ ਵਾਲਾ। ਹਾਂ, ਇਹ ਪਾਣੀ ਤਾਂ ਬਿਲਕੁਲ ਪੀਣ ਵਾਲਾ ਨਹੀਂ ਹੈਗਾ। ਕੁਝ ਏਰੀਆ 'ਚ ਆਪਾਂ ਕਹਿ ਸਕਦੇ ਆ, ਰਾਈਟ, ਜਿਹੜਾ ਜਦੋਂ ਆਪਾਂ ਉੱਥੇ ਹੁੰਦੇ ਸੀਗੇ ਇੰਡੀਆ ਦੇ ਵਿੱਚ, ਜਦੋਂ ਕਈ ਵਾਰ ਸਬਜ਼ੀ ਬਣਾਉਣੀ, ਗੋਭੀ ਕੱਟਣੀ ਖਾਸ ਕਰਕੇ, ਉਹਦੇ 'ਚੋਂ ਸੁੰਡ ਨਿਕਲਦੇ ਸੀ, ਕਈ ਛੋਲੀਆ ਬੋਲਦੇ ਆ, ਛੋਲੂਆ ਬੋਲਦੇ ਆ, ਉਹਦੇ ਵਿੱਚ ਮਟਰ ਦੇ ਵਿੱਚ, ਮਤਲਬ ਆਮ ਤੁਹਾਨੂੰ ਉੱਥੇ ਮਿਲ ਹੀ ਜਾਂਦੇ ਸੀ। ਸੋ ਉਸ ਤਰ੍ਹਾਂ ਦੇ ਸਾਰੇ ਨਿੱਕੇ ਨਿੱਕੇ ਤੇ ਵੱਡੇ ਵੱਡੇ ਇਹਨਾਂ ਨੇ ਰੱਖੇ ਆ, ਤੇ ਉਹਨਾਂ ਦਾ ਨਾਮ ਵੀ ਦੱਸਿਆ ਹੋਇਆ। ਤੁਸੀਂ ਦੇਖੋ ਕਿ ਇਹਨਾਂ ਨੇ ਪੂਰੀ ਪਿਕਚਰ ਜਿਹੜੀ ਆ ਉਹ ਦੱਸੀ ਹੋਈ ਆ। ਛੋਟਾ ਜਿਹਾ ਫਰੈਸ਼ ਵਾਟਰ ਰੱਖਿਆ ਹੋਇਆ ਜੀ ਇਹਨਾਂ ਨੇ। ਓਕੇ, ਇਹਨਾਂ ਨੇ ਬੇਸਿਕਲੀ ਆਹੀ ਸਭ ਦੱਸਿਆ ਕਿ ਆਹ ਵਾਲੇ ਪਾਣੀ 'ਚ ਕਿਹੜੀ ਫਿਸ਼ਿਸ਼ ਫਾਈਂਡ ਆਊਟ ਕੀਤੀ ਜਾ ਸਕਦੀਆਂ ਨੇ। ਵਾਓ, ਬਹੁਤ ਇਹੀ ਪ੍ਰੀਜ਼ਰਵੇਟਿਵਸ ਹੈ ਇਹਨਾਂ ਨੇ ਸਾਰੇ ਉਹ ਰੱਖੇ ਹੋਏ ਆ। ਅੱਛਾ, ਕਰਨ ਇਹਨਾਂ ਦੇਸ਼ਾਂ ਦੀ ਇਹੀ ਖਾਸ ਗੱਲ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਟੂਰਿਸਟ ਪਲੇਸ ਬਣਾਤਾ। ਹੁਣ ਇੱਥੇ ਕੋਈ ਟਿਕਟ ਨਹੀਂ ਹੈਗੀ, ਇੱਥੇ ਇਹ ਨਹੀਂ ਕਿ ਇਹਨਾਂ ਨੇ ਪੈਸੇ ਬਣਾਉਣ ਦਾ ਜੁਗਾੜ ਬਣਾਇਆ, ਹਾਂਜੀ, ਇੱਥੇ ਇਹ ਹੈ ਕਿ ਇਨਫੋਰਮੇਸ਼ਨ ਹੈ ਕਿ ਜਿੱਥੇ ਇੱਕ ਪ੍ਰੋਜੈਕਟ ਤਾਂ ਚੱਲ ਹੀ ਰਿਹਾ, ਪਰ ਉਹ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਕੀ ਕੁਝ ਹੋਰ ਸਿੱਖਣ ਨੂੰ ਮਿਲਦਾ ਹੈ ਉਹ ਜਿਹੜਾ ਉਹ ਦੱਸਿਆ ਗਿਆ। ਸੋ ਆਹ ਦੇਖੋ ਜੀ, ਇਹ ਫਿਸ਼ਸ ਹੈਗੀਆਂ ਨੇ। ਓ, ਮੈਨੂੰ ਲੱਗਿਆ ਕਿਤੇ ਇਹਨਾਂ ਨੇ ਉੱਦਾਂ ਹੀ ਬਣਾ ਕੇ ਸਟੀਲ ਦੀਆਂ ਰੱਖੀਆਂ ਹੋਈਆਂ ਨੇ, ਬਟ ਨੋ, ਇਟਸ ਅਲਾਈਵ ਫਿਸ਼ਸ, ਤਾਂ ਰੀਅਲ ਹੈ। ਇਹ ਫਿਸ਼ ਟੈਂਕ ਹੈਗਾ, ਪਰ ਕਿੰਨੀ ਸਾਰੀ ਆਂ ਸੀ, ਮੈਂ ਤਾਂ ਕੁਆਂਟੀਟੀ ਦੇਖ ਰਿਹਾ, ਪਿੱਛੇ ਦੇਖਿਓ ਜਰਾ। ਓ ਮਾਈ ਗੋਡ, ਇੱਥੇ ਦੱਸਿਆ ਹੋਇਆ ਇਹਨਾਂ ਨੂੰ ਕਿ ਤੁਸੀਂ ਵਾਈਲਡ ਸੈਲਮਨ ਨੂੰ ਕਿਵੇਂ ਇਹ ਸੈੱਟ ਕਰਕੇ ਰੱਖਦੇ ਆ, ਕਿਵੇਂ ਇਹਨਾਂ ਨੇ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਜਾਂਦੀਆਂ ਨੇ ਇੱਥੇ। ਜਿਸ ਤਰ੍ਹਾਂ ਨਾਲ ਅਸੀਂ ਦੇਖਿਆ ਕਿ ਇੱਕ ਮਿਊਜ਼ੀਅਮ ਟਾਈਪਸ ਫੀਲ ਜਿਹੜੀ ਆਉਂਦੀ ਸੀਗੀ, ਕਿ ਇੱਕ ਉਸ ਤਰ੍ਹਾਂ ਦੇ ਨਾਲ ਐਕੁਆਰੀਅਮ ਟਾਈਪਸ ਫਿਸ਼ਸ ਵੀ ਹੈਗੀਆਂ ਨੇ, ਨੋਲੇਜ ਵੀ ਹੈਗੀ ਆ, ਇਨਫੋਰਮੇਸ਼ਨ ਵੀ ਹੈਗੀ ਆ ਕਿ ਕਿਸ ਤਰ੍ਹਾਂ ਦੀਆਂ ਫਿਸ਼ਸ ਹੈਗੀਆਂ ਨੇ, ਕਿਸ ਤਰ੍ਹਾਂ ਦੇ ਹੋਰ ਜਾਨਵਰ ਜਿਹੜੇ ਨੇ ਉਹ ਇੱਥੇ ਦੇਖਦੇ ਨੇ। ਤੇ ਇੱਕ ਜਗ੍ਹਾ ਦੇ ਉੱਤੇ ਆਪਾਂ ਫਿਸ਼ਸ ਦੇਖੀਆਂ ਸੀ, ਬਹੁਤ ਜ਼ਿਆਦਾ ਫਿਸ਼ ਇੱਕ ਟੈਂਕ ਦੇ ਵਿੱਚ ਸੀਗੀਆਂ। ਉਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਦੋਂ ਤੁਸੀਂ ਸਮੁੰਦਰ ਦੇ ਵਿੱਚੋਂ ਪਾਣੀ ਨੂੰ ਲੈ ਕੇ ਆਉਣਾ, ਉਹਦੇ ਵਿੱਚ ਜੀਵ ਜੰਤੂ ਵੀ ਹੋਣੇ ਆ, ਫਿਸ਼ਸ ਵੀ ਹੋਣੀਆਂ ਨੇ, ਉਹ ਇੰਨੀਆਂ ਬਲਕ ਦੇ ਵਿੱਚ ਫਿਸ਼ਸ ਜਿਹੜੀਆਂ ਨੇ ਉਹ ਇੱਕ ਅਲੱਗ ਸਟ੍ਰੇਨ ਕਰ ਲੈਂਦੇ ਆ ਤੇ ਪਾਣੀ ਅਲੱਗ ਸਟ੍ਰੇਨ ਕਰ ਲੈਂਦੇ ਆ। ਸੋ ਉਹ ਪਾਣੀ ਨੂੰ ਵੀ ਜਿਹੜਾ ਉਹ ਸੋਲਟ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾਂਦਾ। ਆ ਦੇਖੋ, ਸੋ ਇਹ ਪੂਰਾ ਪਾਣੀ ਨਦੀ ਚੋਂ ਆ ਰਿਹਾ ਪਰ ਉਹਨੂੰ ਸੋਲਟ ਕੀਤਾ ਜਾ ਰਿਹਾ ਤਾਂ ਕਿ ਉਹਦੇ ਵਿੱਚ ਜਿਹੜੇ ਕ੍ਰੀਏਚਰਸ ਨੇ ਉਹ ਅਲੱਗ ਹੋ ਜਾਣ ਤੇ ਪਾਣੀ ਘਰਾਂ ਦੇ ਵਿੱਚ ਆ ਜਾਏ। ਇੱਥੇ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇ ਉੱਥੇ ਆ ਕੇ ਸ਼ਾਂਤ ਹੋ ਜਾਂਦਾ।
पानी जरा आ रहा है ते पूरा जरा डैम कि बनाया होना कंस्ट्रक्ट किया होना ते कुदरत नु डैमेज किते तो बिना जी 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 तो ये नहीं कि घा ही बंद करता डैम बनाने की थान डैम भी बनाया नुकसान नहीं पहुंचना चाहिए सिर्फ ते सिर्फ असि जो कुछ कर रहे हैं मनुख कुछ कर रहे हैं तो उस नुकसान पहुंचाए तो बिना अपनी सहूलत दे कुछ कर सकता तो जिन्ना चेर धरने ला के बैठ जाते हैं तुहानू पता जिन्ना चेर उन्होंने परमिशन नहीं होंगी उन्ना टाइम कुछ भी नहीं जरा किया जा सकता सो यह है जी क्लीवलैंड डैम जिथे हर कोने के उत्ते खूबसूरती नजर आ रही है हर कोना सानू अट्रैक्ट कर रहा है डिस्कशन होने लग गई कि उत्ते जाया जावे नहीं आ जाया जावे की कीता जावे पर हुण असीं इह फैसला लिया तुहाडे लई सिर्फ तुहाडे लई असीं उपर जावांगे ते असीं ट्राई करांगे डैम का व्यू लैण दा क्योंकि इत्थे लिखिया होया कि इत्थे जाके डैम का व्यू आएगा किलोमीटर तुहानूं तुरना पैना सो तुहाडे लई एक किलोमीटर कोई भी चक्कर नहीं असीं जरूर तुर सकते हैं तुहाडे लई सो जरूर तुहानूं दिखा रहे हैं कि डैम का व्यू किस तरह का हैगा सो जी एक किलोमीटर की यह पूरी हाइक हैगी है तो ट्राई करांगे कि उत्थे पहुँचा जाए तो उत्थे जाके तुहानूं जिहड़ा वह दिखाया जाए बट ट्विस्ट इत्थे यह है कि वी आर नॉट श्योर कोशिश करते रहना चाहिए हिम्मत मर्द मद देखुदा तो रब आप देखूगा तो अज असी हिम्मत की है उपर जान की सो हाइक सौखी नहीं ये भी दस दई है कि बहुत उपर जाके तुहानूं जाना पैंदा कितें स्टीप आ जाती है कितें बहुत हाई आ जाती है So be prepared for that. चलो ए वाली हाइक वैसे जे मैं आ दसा जी कि आ चलो कुछ भी नहीं वैसे देखा जे क्योंकि साडा एपिसोड जॉफरी रेक दा रहंदा है जी ओ मे बी मैनू लगदा पूरा ही नहीं ओपन ओ अपन ग्लिम्प्स दे नाल जेड़ा शूट कर सकदे हां कि 2-2 मिनट एक जगह दे उत्ते लगा के असी दस सकीए कि किथे किथे जाया जा सकदा बट ओ मैनू लगदा 2-2.5 घंटे किथे नहीं गई जी 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 ओदा रेक रीजन आ भी है आपां देखदे हां जे किसी दिन आप अपने वर्क आवर्स से जा सके तो जरूर जावांगे उत्थे असीं ट्राई करांगे बट कई इहो जिहियां थावां ने असीं मेंशन नाल नाल करदे जावांगे जे तुहाडा कितें टाइम लग्गिया तो जरूर तुसीं उह जिहड़ियां ने जाके विजिट कर सकदे आ ते सानूं दस सकदे आ तुहाडा एक्सपीरियंस किवें रहा हाँ जी मैं परसनली वैसे तो गया होया जॉफरी लेक बट वैसे आप देख लांगे कि आप रिकॉर्ड कर सकते कि नहीं जी जी बिल्कुल सो होर बहुत सारे हिडन जेम्स ने जिन्हें ट्राई कर रहे हैं असं कैप्चर कर तक लैके आने जी जी बाकी राहां इंजॉय करो तो असं पहुंच के तुम दस दें कि डैम कितने क्या क्योंकि हम सा जो सह चढ़ रहा हाँ कंट्रोल जो वर्ड्स के उत्ते घट हो रहा क्योंकि अस तुरे जा रहे हैं तो नाल नाल तुम दिखा रहे हैं उत्थे पहुँच के तुम दिखाने व्यू तो तुम इंजॉय करो राह किलोमीटर की वॉक करने तो बाद डिगदे ढहंदे पौड़ियाँ चढ़ते असी पहुँच गए जी इत्थे ये व्यू पॉइंट नहीं है जरा अ प्रोमिस किया बट तुम आओ तो व्यू पॉइंट तो जरूर जाओ तो सू भी दस्यो कि वह राह किड़े पास जाता असी कई राह लगभग की कोशिश की बट वो कितने डीप डाउन जाके फिर वह राह आता तो पर राह बहुत जो व्यू बहुत अच्छा दिखाएगा हूँ आ ट्रस्ट के कोल आ गए हाँ असं ये देख सकते हैं कि सामने डैम जरा चल रहा
ਸੋ ਇਹਦੇ ਵਿੱਚ ਉੱਚੀ ਜਗ੍ਹਾ ਵੀ ਹੈਗੀ ਹੈ, ਇਹਦੇ ਉੱਤੇ ਖੜ ਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਕਚੁਅਲ ਦੇ ਵਿੱਚ ਡੈਮ ਜਿਹੜਾ ਇਸ ਵਿਊ ਪੁਆਇੰਟ ਤੋਂ ਕਿੱਥੇ ਕਿਸ ਤਰ੍ਹਾਂ ਲੱਗਦਾ। ਸੋ ਇਹ ਵੀ ਇੱਕ ਵਿਊ ਪੁਆਇੰਟ ਹੈ, ਜੇ ਇੱਥੇ ਲੋਕ ਜ਼ਿਆਦਾ ਆਉਣ ਲੱਗ ਗਏ ਨਾ ਕਰਨ, ਇਹ ਨਾ ਉਹ ਵਾਲੀ ਵਾਲ ਬਣ ਜੂਗੀ ਜਿਹੜੀ ਨੌਰਥ ਮੈਮਰੀਜ਼ ਵਾਲੀ ਕਿਊ ਮਾਰਕੀਟ ਦੇ ਵਿੱਚ ਅਸੀਂ ਦੇਖੀ ਸੀਗੀ। ਸੋ ਇਸ ਤਰ੍ਹਾਂ ਦੇ ਨਾਲ ਲੋਕਾਂ ਨੇ ਲੋਕ ਲਾਉਣੇ ਆਲਰੇਡੀ ਸ਼ੁਰੂ ਕਰਤੇ ਆ, ਬਹੁਤ ਥੋੜੇ ਹੈਗੇ ਨੇ, ਪਰ ਨਾਲ ਨਾਲ ਤੁਸੀਂ ਡੈਮ ਦੇਖ ਸਕਦੇ ਹੋ। ਰਾਈਟ ਨਾਓ ਬਹੁਤ ਹੀ ਘੱਟ ਜਿਹੜਾ ਇਹ ਡੈਮ ਚੱਲ ਰਿਹਾ, ਨਹੀਂ ਤਾਂ ਉਹ ਤਾਂ ਬਹੁਤ ਹੀ ਅੱਛਾ ਨਜ਼ਾਰਾ ਹੁੰਦਾ ਜਿੱਤੇ ਮੈਂ ਪੂਰਾ ਤਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਛੱਡਿਆ ਹੁੰਦਾ। ਮੇ ਬੀ ਕਰਨ ਜਿੰਨਾ ਇਹਨਾਂ ਨੂੰ ਚਾਹੀਦਾ ਮੇ ਬੀ ਉਸ ਹਿਸਾਬ ਦੇ ਨਾਲ ਛੱਡਦੇ ਆ, ਥੋੜਾ ਛੱਡਦੇ ਆ ਸੀ ਲੈਵਲ ਤੇ ਉੱਤੇ। ਮੈਨੂੰ ਲੱਗਦਾ ਕਿ ਹਾਂ ਜਿਸ ਅਕੋਰਡਿੰਗਲੀ ਲੈਵਲ ਜ਼ਿਆਦਾ ਉੱਤੇ ਹੋ ਗਿਆ ਤੇ ਇਹਨਾਂ ਨੂੰ ਛੱਡ ਦੇਣਾ ਉਹਦੇ। ਸੋ ਉਸ ਤਰ੍ਹਾਂ ਦੇ ਨਾਲ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ। ਸੋ ਡਿਫਰੈਂਟ ਜਗ੍ਹਾ ਹੈਗੀਆਂ ਨੇ, ਪਰ ਨਾਲ ਨਾਲ ਇਹ ਨੈਟ ਜਿਹੜੀ ਉਹ ਲਗਾਈ ਗਈ ਆ ਤਾਂ ਕਿ ਇੱਥੇ ਖੜ ਕੇ ਤੁਸੀਂ ਇਹ ਵਿਊ ਪੁਆਇੰਟ ਇੰਜੋਏ ਕਰ ਸਕੋ। ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਗ੍ਰੀਨ ਵਾਟਰ ਜਿਹੜਾ ਸਾਨੂੰ ਦਿਖਦਾ ਪੂਰੇ ਪਹਾੜਾਂ ਦੇ ਵਿੱਚ। ਫਿਰ ਅੱਗੇ ਜਾ ਕੇ ਪਹਾੜ ਜਿਹੜੇ ਥੋੜੇ ਜਿਹੇ ਹੋਰ ਖੁੱਲੇ ਹੋ ਜਾਂਦੇ ਆ, ਜਿੱਥੇ ਫਿਸ਼ਿੰਗ ਕਰ ਰਹੇ ਸੀ ਲੋਕ, ਤੇ ਉੱਥੇ ਜਿਹੜੇ ਨੇ ਉਹ ਡੈਮ ਦੀ ਤਰ੍ਹਾਂ ਜਿਹੜੇ ਬੰਨ ਜਿਹੜੇ ਆ ਉਹ ਲਗਾਏ ਗਏ ਨੇ। ਸੋ ਇਹ ਡੈਮ ਹੈਗਾ ਜੀ ਪੂਰਾ ਵੱਡਾ ਡੈਮ ਜਿੱਥੋਂ ਪਾਣੀ ਆਉਂਦਾ, ਇਹਨੂੰ ਬੋਲਦੇ ਆ ਜੀ ਕਲੀਵਲੈਂਡ ਡੈਮ। ਆਪਾਂ ਜਦੋਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ, ਇਸ ਐਪੀਸੋਡ ਦੀ ਸ਼ੁਰੂਆਤ ਕੀਤੀ ਸੀ, ਉਹ ਉੱਪਰ ਤੁਸੀਂ ਦੇਖ ਸਕਦੇ ਆ ਉੱਥੋਂ ਸ਼ੁਰੂਆਤ ਕੀਤੀ ਸੀ, ਤੇ ਉਸ ਤੋਂ ਬਾਅਦ ਫਿਰ ਅੰਦਰ ਨੂੰ ਜਾਂਦੇ ਹੋਏ ਪੂਰੀ ਹਾਈਕ ਹੈਗੀ ਆ। ਸੋ ਜਿਹੜਾ ਅਸੀਂ ਇੱਥੋਂ ਇੱਥੇ ਪਹੁੰਚੇ ਆ, ਸੋ ਪੱਥਲੀਆਂ ਉੱਪਰ ਆਏ ਆ, ਪਰ ਇੱਕ ਜਿਹੜਾ ਵਿਊ ਪੁਆਇੰਟ ਅਸੀਂ ਕਹਿ ਰਹੇ ਸੀ ਅਨਫੋਰਚੂਨੇਟ, ਉਹ ਤੁਹਾਡੇ ਪਿੱਛੋਂ ਥੱਲੇ ਜਾ ਕੇ ਕਿਤੇ, ਸੋ ਪਿੱਛੋਂ ਉਹ ਜਿਹੜਾ ਪਿੱਛੋਂ ਰਾਸਤਾ ਨਾ ਉਹ ਟਰੀਆਂ ਦੇ ਪਿੱਛੇ, ਜੀ ਜੀ ਜੀ, ਕਿਤੇ ਤੁਹਾਨੂੰ ਉਸ ਮੰਜ਼ਿਲ ਤੱਕ ਲੈ ਜਾਏਗਾ। ਸੋ ਅਸੀਂ ਆਪਣੀ ਮੰਜ਼ਿਲ ਤੋਂ ਭਟਕ ਗਏ, ਪਰ ਹਾਂ ਆਹ ਤੁਹਾਨੂੰ ਅਸੀਂ ਪ੍ਰੋਮਿਸ ਕੀਤਾ ਸੀ ਕਿ ਇੱਥੇ ਵੀ ਜਾ ਕੇ ਜਿਹੜਾ ਤੁਹਾਨੂੰ ਦੱਸਿਆ ਜਾਏਗਾ। ਸੋ ਇੱਥੇ ਪਹੁੰਚ ਗਏ ਹੈਗੇ ਆ, ਹੁਣ ਸਾਡਾ ਟਾਰਗੇਟ ਆ ਉਹ ਉੱਪਰ ਪਹੁੰਚਣਾ ਜਿੱਥੇ ਅਸੀਂ ਪਾਰਕ ਕੀਤਾ, ਤੇ ਨਾਲ ਨਾਲ ਪਾਰਕ ਵੀ ਤੁਹਾਨੂੰ ਦਿਖਾਉਂਦੇ ਆ ਤੇ ਨਾਲ ਨਾਲ ਉੱਪਰ ਵੀ ਲੈ ਕੇ ਜਾਂਦੇ ਆ। ਡੈਮ ਪਹੁੰਚੇ ਹੋਏ ਆ ਤੇ ਮੈਂ ਤਾਂ ਹੈਰਾਨ ਆ ਕੁਦਰਤ ਨੂੰ ਦੇਖ ਕੇ। ਕਹਿੰਦੇ ਹੁੰਦੇ ਆ ਨਾ ਕਿ ਸਵਰਗ ਕਿਸੇ ਨੇ ਨਹੀਂ ਦੇਖਿਆ, ਤੇ ਸਵਰਗ ਹੈਗਾ ਤਾਂ ਉਹ ਧਰਤੀ ਦੇ ਉੱਤੇ ਹੀ ਆ, ਇਸੇ ਲੈਂਡ ਦੇ ਉੱਤੇ ਹੀ ਆ। ਸੋ ਆਹ ਪਿੱਛੇ ਸਵਰਗ ਨੀ ਤਾਂ ਹੋਰ ਕੀ ਆ, ਜੇ ਇਹਨੂੰ ਮੰਨਿਆ ਇਹਦਾ ਨਜ਼ਾਰਾ ਨਹੀਂ ਲਿਆ ਤਾਂ ਫਿਰ ਹੋਰ ਕੀਤਾ ਕੀ। ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਆਪਣੇ ਲਈ ਥੋੜਾ ਟਾਈਮ ਨਾ ਕੱਢਿਆ ਤਾਂ ਕੀਤਾ ਕੀ, ਆਪਣੇ ਲਈ ਟਾਈਮ ਕੱਢੋ। ਹਾਈਕ ਨਹੀਂ ਕਰਨੀ, ਨਹੀਂ ਪਸੰਦ ਮੈਨੂੰ ਵੀ ਇੰਨਾ ਬਹੁਤਾ ਜਿਮ ਹਾਈਕ ਦਾ ਸ਼ੌਂਕ ਨਹੀਂ, ਪਰ ਜਦੋਂ ਤੁਸੀਂ ਚਲੇ ਜਾਂਦੇ ਆ ਨਾ, ਜਦੋਂ ਤੁਸੀਂ ਹਾਈਕ ਦੇ ਅਟਾਇਰ ਦੇ ਵਿੱਚ ਹੁੰਦੇ ਆ ਤੁਹਾਨੂੰ ਆਪਣੇ ਆਪ ਮੱਲੋ ਮੱਲੀ ਜੀ ਕਰਿਆ ਆਉਂਦਾ। ਸੋ ਇੱਕ ਵਾਰੀ ਟਰਾਈ ਜ਼ਰੂਰ ਕਰਿਓ, ਜੇ ਨਹੀਂ ਤਾਂ ਪਾਰਕ ਬਣਿਆ ਬੈਠਣ ਦੇ ਲਈ, ਸੀਟਾਂ ਨੇ, ਬੈਠ ਕੇ ਇੰਜੋਏ ਕੀਤਾ ਜਾ ਸਕਦਾ, ਥੋੜ੍ਹਾ ਆਪਣੇ ਆਪ ਨਾਲ ਟਾਈਮ ਸਪੈਂਡ ਕੀਤਾ ਜਾ ਸਕਦਾ, ਥੋੜ੍ਹਾ ਨੇਚਰ ਦੇ ਨਾਲ ਟਾਈਮ ਸਪੈਂਡ ਕੀਤਾ ਜਾ ਸਕਦਾ। ਕਰਨ ਮੈਂ ਇੱਥੇ ਦੇਖ ਰਹੀ ਹੈਗੀਆਂ ਕਿ ਬਲੈਕਬੇਰੀਜ਼ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਸੋ ਇਹ ਵਾਇਲਡ ਹੁੰਦੀਆਂ ਨੇ, ਕੋਈ ਖਾਣ ਵਾਲੀਆਂ ਹੁੰਦੀਆਂ, ਕੋਈ ਨਹੀਂ ਖਾਣ ਵਾਲੀਆਂ ਹੁੰਦੀਆਂ। ਸੋ ਮੈਂ ਦੇਖ ਰਹੀ ਹਾਂ ਕਿ ਪੱਕੀਆਂ ਹੋਈਆਂ ਜੇ ਮੈਨੂੰ ਨਜ਼ਰ ਆ ਜਾਣ, ਕਿਉਂਕਿ ਹਰੀਆਂ ਜਿਹੜੀਆਂ ਨੇ ਉਹ ਮੈਨੂੰ ਨਜ਼ਰ ਆ ਰਹੀਆਂ ਨੇ। ਆਹ ਦੇਖੋ ਤੁਸੀਂ, ਦੈਟਸ ਗ੍ਰੀਨ, ਤੇ ਇਸ ਤਰ੍ਹਾਂ ਦੀਆਂ ਇੰਡੀਆਂ ਸ਼ਹਿਤੂਤ ਹੁੰਦੇ ਸੀ, ਤੂਤੀਆਂ ਹੁੰਦੀਆਂ ਸੀ, ਪਰ ਇੱਥੇ ਉਹਨੂੰ ਬਲੈਕਬੇਰੀ ਦਾ ਰੂਪ ਦਿੱਤਾ ਜਾਂਦਾ। ਸੋ ਆਹ ਦੇਖੋ ਜੀ ਰੈੱਡ ਹੋ ਰਹੇ ਨੇ, ਸੋ ਰੈੱਡ ਤੋਂ ਇਹ ਹੌਲੀ ਹੌਲੀ ਜਿਹੜੀਆਂ ਨੇ ਉਹ ਬਲੈਕ ਹੋ ਜਾਣਗੀਆਂ। ਸੋ ਇਹ ਨੇਚਰ ਦੇ ਵਿੱਚ ਸਾਰਾ ਕੁਝ ਗਰੋ ਹੋ ਰਿਹਾ, ਤੇ ਪਿੱਛੇ ਤੁਸੀਂ ਪੂਰਾ ਕੈਪੀਲੈਨੋ ਰਿਵਰ ਦੇਖ ਰਹੇ ਆ ਜਿੱਥੋਂ ਪਾਣੀ ਆਉਂਦਾ ਸਾਡੇ ਘਰਾਂ ਨੂੰ ਆਉਂਦਾ। ਆਹ ਜੋ ਜਿਹੜੇ ਵੀ ਮੂਵੀਜ਼ ਦੇਖਣਾ ਪਸੰਦ ਕਰਦੇ ਹੋਣਗੇ, ਕਰਨ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ, ਕਰਨ ਮੂਵੀਜ਼ ਬਹੁਤ ਸ਼ੂਟ ਜਿਹੜੀਆਂ ਨੇ ਹੋਈਆਂ ਨੇ ਇੱਥੇ, ਹਾਲੀਵੁੱਡ ਦੀਆਂ ਮੂਵੀਜ਼ ਬਹੁਤ ਜ਼ਿਆਦਾ ਸ਼ੂਟ ਹੋਈਆਂ ਨੇ, ਤੇ ਜਿਨ੍ਹਾਂ ਦੇ ਵਿੱਚੋਂ ਕਈ ਮੂਵੀਜ਼ ਦਾ ਨਾਮ ਤੁਸੀਂ ਟਿਪਸ 'ਤੇ ਗਿਣ ਸਕਦੇ ਆ ਜਿਹੜੀਆਂ ਇੱਥੇ ਆ ਕੇ ਜਿਹੜੀਆਂ ਨੇ ਸ਼ੂਟ ਹੋਈਆਂ ਨੇ। ਤੁਸੀਂ ਸਾਈਕਲ ਲੈ ਕੇ ਆ ਸਕਦੇ ਆ, ਤੁਸੀਂ ਤੁਰ ਕੇ ਆ ਸਕਦੇ ਆ, ਤੁਸੀਂ ਫੈਮਿਲੀ ਦੇ ਨਾਲ ਆ ਸਕਦੇ ਆ, ਇਕੱਲੇ ਆ ਸਕਦੇ ਆ। ਸੋ ਇੰਜੋਏ ਕਰ ਸਕਦੇ ਆ ਕੈਪੀਲੈਨੋ ਰਿਵਰ ਦੇ ਨਾਲ ਨਾਲ ਕਲੀਵਲੈਂਡ ਡੈਮ, ਜਿੱਥੋਂ ਤੁਹਾਡੇ ਘਰਾਂ ਨੂੰ ਫਰੈਸ਼ ਵਾਟਰ ਪਹੁੰਚਦਾ ਹੈ। ਅਤੇ ਕਿੰਨਾ ਵੱਡਾ ਇਹਨਾਂ ਨੇ ਪ੍ਰੋਜੈਕਟ ਲਾਇਆ, ਤੁਸੀਂ ਦੇਖੋ ਮੇਨਟੇਨੈਂਸ ਨਾਲ ਨਾਲ ਚੱਲ ਰਹੀ ਹੈ, ਨਾਲ ਨਾਲ ਜਿਹੜੀ ਹੈ ਰਿਪੇਅਰ ਚੱਲ ਰਹੀ ਹੈ, ਨਾਲ ਨਾਲ ਜਿਹੜਾ ਪਾਣੀ ਦੇਖਿਆ ਜਾ ਰਿਹਾ ਕਿ ਕਿੰਨਾ ਚਾਹੀਦਾ, ਕਿੰਨਾ ਜਿਹੜਾ ਡੈਮ ਦੇ ਵਿੱਚੋਂ ਕਲੀਅਰ ਹੋ ਕੇ ਜਿਹੜਾ ਉਹ ਘਰਾਂ ਦੇ ਵਿੱਚ ਜਾਏਗਾ, ਅਤੇ ਪੂਰੇ ਲੋਅਰ ਮੇਨਲੈਂਡ ਦੇ ਵਿੱਚ ਪਾਣੀ ਇਸੇ ਡੈਮ ਦੇ ਉੱਤੋਂ ਜਾਂਦਾ ਜਿਹੜਾ ਕਿ ਨੌਰਥ ਵੈਨਕੂਵਰ ਦੇ ਵਿੱਚ ਹੈਗਾ। ਅਤੇ ਨਾਲ ਨਾਲ ਤੁਸੀਂ ਪਿਛਲੇ ਇੱਧਰ ਦੇਖ ਸਕਦੇ ਆ ਮੇਰੇ ਖੱਬੇ ਹੱਥ ਕਿ ਇੱਥੇ ਵਾਟਰ ਸਪਲਾਈ ਏਰੀਆ ਹੈਗਾ, ਅਤੇ ਬਿਲਕੁਲ ਮੇਰੇ ਸਾਹਮਣੇ ਵਾਲੇ ਪਾਸੇ ਇੱਕ ਪਾਰਕ ਹੈਗਾ। ਸੋ ਪਾਰਕ ਵੀ ਤੁਹਾਨੂੰ ਦਿਖਾਉਂਦੇ ਹਾਂ, ਲੈ ਕੇ ਜਾਂਦੇ ਹਾਂ ਪਾਰਕ ਦੇ ਵਿੱਚ ਕਿਸ ਤਰ੍ਹਾਂ ਦਾ ਪਾਰਕ। ਤਾਂ ਹੁਣ ਜੀ ਅਰਜੀ ਤੁਸੀਂ ਮੈਨੂੰ ਫੋਲੋ ਕਰੋ ਜੀ, ਮੈਂ ਦਿਖਾ ਸਕਦਾ। ਫੋਲੋ ਕਰਾਂਗੇ ਜੀ, ਜੀ ਫੋਲੋ ਕਰੀਏ, ਫੋਲੋ ਮੀ।
ਤੇ ਮੈਂ ਫੋਲੋ ਕਰਨ ਦੇ ਨਾਲ ਇਸ ਲਈ ਮੈਂ ਇੱਥੇ ਤੱਕ ਲੈ ਕੇ ਆਇਆ ਸੀਗਾ ਕਿ ਜੇ ਤੁਸੀਂ ਪੁਆਇੰਟ ਆਊਟ ਕਰੋ, ਤੁਸੀਂ ਹੁਣੇ ਜ਼ਿਕਰ ਕੀਤਾ ਸੀਗਾ ਕਿ ਉਹ ਪਿੱਛੇ ਮੇਰੇ ਉਹ ਕਿਹੜੇ ਮਾਊਂਟੇਨ ਹੈ, ਸਾਈਪ੍ਰਸ ਮਾਊਂਟੇਨ ਹੈ ਕਿ ਗ੍ਰੋਸ ਹੈ? ਗ੍ਰੋਸ ਗ੍ਰੋਸ ਮਾਊਂਟੇਨ ਹੈ, ਹੁਣ ਤਾਂ ਮੈਂ ਦੱਸ ਤਾ ਕੋਈ ਚੱਕਰ ਨਹੀਂ ਤੇ ਗ੍ਰੋਸ ਮਾਊਂਟੇਨ ਦੇ ਨਾਲ ਨਾਲ ਨਕਲ ਮਾਰੀ ਆ ਤੇ ਗ੍ਰੋਸ ਮਾਊਂਟੇਨ ਦੇ ਨਾਲ ਨਾਲ ਮੈਂ ਦੱਸਣਾ ਚਾਹੂੰਗਾ ਤੁਸੀਂ ਕਿਹਾ ਸੀਗਾ ਕਿ ਹਾਂਜੀ ਪਿੱਛੇ ਗੰਡੋਲਾ ਨਹੀਂ ਦਿਖ ਰਿਹਾ, ਹੁਣ ਦਿਖ ਰਿਹਾ ਉਹ ਇੱਕ ਉੱਤਰ ਰਿਹਾ, ਹੁਣ ਮੈਂ ਕੈਮਰਾ ਜਾ ਵੀ ਰਿਹਾ ਉੱਪਰ। ਹਾਂਜੀ ਅੰਦਾਜ਼ਾ ਲਾਓ ਕਿ ਸਾਨੂੰ ਇੱਥੋਂ ਇੰਨੇ ਛੋਟੇ ਦਿਖ ਰਹੇ ਹੈਗੇ ਉਹ ਗੰਡੋਲੇ, ਪਰ ਜਦ ਤੁਸੀਂ ਗ੍ਰੋਸ ਜਾਣਾ, ਆਪਣਾ ਇੱਕ ਵੈਸੇ ਐਪੀਸੋਡ ਪੈਂਡਿੰਗ ਆ ਅਪਕਮਿੰਗ ਚ ਆਉਣ ਵਾਲਾ, ਅਗਲੇ ਦੋ ਤਿੰਨ ਐਪੀਸੋਡ ਬਾਅਦ ਗ੍ਰੋਸ ਆਊਗਾ ਤੇ ਤੁਹਾਨੂੰ ਆਹ ਰਿਵਰ ਦਿਖਦੀ ਆ, ਆਹ ਮੇਰੇ ਪਿੱਛੇ ਐਸੇ ਰਿਵਰ, ਇਹਨੂੰ ਕੈਪੀਲਾਨੋ ਰਿਵਰ ਕਹਿੰਦੇ ਹੈਗੇ ਆ। ਤੇ ਕਿਉਂਕਿ ਆਪਾਂ ਇਸ ਤੋਂ ਪਿੱਛੇ ਜਿਹੜਾ ਗ੍ਰੋਸ ਮਾਊਂਟੇਨ ਦੇ ਪਿੱਛੇ ਆਏਗਾ ਜੀ ਕੈਪੀਲਾਨੋ ਸਸਪੈਂਸ਼ਨ ਬ੍ਰਿਜ, ਰਾਈਟ? ਹਾਂਜੀ। ਤੇ ਜੇ ਤੁਸੀਂ ਕੈਪੀਲਾਨੋ ਸਸਪੈਂਸ਼ਨ ਬ੍ਰਿਜ ਦੀ ਗੱਲ ਕਰੀਏ ਤਾਂ ਉੱਥੋਂ ਆਹ ਸਭ ਚੀਜ਼ਾਂ ਨਹੀਂ ਦਿਖਣਗੀਆਂ ਕਿਉਂਕਿ ਉਹ ਇਸ ਤੋਂ ਪਿੱਛੇ ਥੱਲੇ ਨੂੰ ਆ। ਤੇ ਹੁਣ ਆਪਾਂ ਜੇ ਜ਼ਿਕਰ ਕਰੀਏ ਤਾਂ ਬਸ ਆਪਾਂ ਜੇ ਤੁਸੀਂ ਇਸ ਤੋਂ ਅੱਗੇ ਕ੍ਰੋਸ ਕਰ ਜਾਓਗੇ ਕਲੀਵਲੈਂਡ ਡੈਮ ਤਾਂ ਤੁਹਾਨੂੰ ਗ੍ਰੋਸ ਮਾਊਂਟੇਨ ਐਂਡ ਤੇ ਆ ਕੇ ਮਿਲ ਜੂਗਾ। ਤੇ ਓਵਰਆਲ ਅੱਜ ਦਾ ਐਪੀਸੋਡ ਮੈਂ ਤੁਹਾਨੂੰ ਇੱਕ ਆਹ ਦੱਸਣਾ ਚਾਹੂੰਗਾ ਕਿ ਜੇ ਤੁਸੀਂ ਸੇਫਟੀ ਤੇ ਆਪਣੀ ਪਲੀਜ਼ ਪੂਰਾ ਪ੍ਰੀਕੋਸ਼ਨ ਰੱਖਿਓ, ਸੇਮ ਐਸ ਵੱਲ ਜਿਹੜਾ ਮੈਂ ਪਿਛਲੇ ਐਪੀਸੋਡ 'ਚ ਵੀ ਦੱਸਿਆ ਜੀ, ਬੇਅਰ ਹੁੰਦੇ ਆ ਤੇ ਹਮੇਸ਼ਾ ਖਿਆਲ ਰੱਖੋ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਹਾਂ ਜੇ ਵੈਸੇ ਅਸੀਂ ਦਿਖਾਈਏ ਪਬਲਿਕ ਤੇ ਕਾਫੀ ਪਬਲਿਕ ਹੁਣ ਆਈ ਜਾ ਰਹੀ ਹੈਗੀ ਹੈ ਜੋ ਕਿ ਮੈਨੂੰ ਵੀ ਦੇਖੀ ਜਾਂਦੇ, ਜਿਵੇਂ ਐਂ ਸੋਚਦੇ ਪਤਾ ਨਹੀਂ ਕਿੰਨੀ ਵੱਡੀ ਇਨਫੋਰਮੇਸ਼ਨ ਮੈਂ ਦੱਸ ਰਿਹਾ ਉਹਨਾਂ ਨੂੰ ਇਹ ਹੈ ਕਿ ਕੁਝ ਨਵਾਂ ਹੋ ਰਿਹਾ, ਕੁਝ ਜਿਹੜਾ ਆ ਪੂਰਾ ਤਾਮ ਝਾਮ ਲੈ ਕੇ ਅਸੀਂ ਪਹੁੰਚੇ ਹੋਏ ਨੇ ਤੇ ਨਾਲ ਕੁਝ ਜਿਹੜੀ ਇਨਫੋਰਮੇਸ਼ਨ ਉਹ ਦੱਸੀ ਜਾ ਰਹੀ ਹੈ। ਹਰ ਕੋਈ ਜਿਹੜਾ ਐਕਸਾਈਟਡ ਹੈ ਇੱਥੇ ਆ ਕੇ, ਹਰ ਕੋਈ ਦੇਖਣਾ ਚਾਹ ਰਿਹਾ ਕਿ ਆਸੇ ਪਾਸੇ ਕੀ ਹੋ ਰਿਹਾ, ਪਰ ਲੋਕ ਇੱਥੇ ਘੁੰਮ ਰਹੇ ਨੇ ਤੇ ਆਓ ਪਾਰਕ ਦੇ ਵਿੱਚ ਚੱਲਦੇ ਹਾਂ ਤੇ ਪਾਰਕ ਦੇਖਦੇ ਹਾਂ ਕਿ ਕੁਝ ਹੋ ਰਿਹਾ ਜੀ ਪਾਰਕ ਦੇ ਵਿੱਚ। ਜੇ ਤੇ ਇੱਕ ਪਾਰਕ 'ਚ ਆਪਾਂ ਇੱਕ ਆ ਵੀ ਵੈਸੇ ਐਡ ਕਰਦੀ ਕਿ ਜਿਹੜਾ ਹੁਣ ਅਰਸ਼ਜੀਤ ਤੁਸੀਂ ਇੱਥੇ ਦਿਖਾ ਰਹੇ ਹੈਗੇ ਹੋ ਆਹ ਵਾਲਾ ਏਰੀਆ, ਇੱਥੇ ਲੋਕੀ ਕਈ ਵਾਰ ਯੋਗਾ ਮੈਟਸ ਵੀ ਲੈ ਕੇ ਆਉਂਦੇ ਆਪਣੇ ਪਰਸਨਲ, ਜਿਹੜੇ ਪਰਸਨਲ ਲਾ ਲਓ ਜਾਂ ਕਈ ਜਿਹੜੇ ਗਰੁੱਪਸ ਬਣਾ ਕੇ ਆਉਂਦੇ ਤਾਂ ਇੱਥੇ ਆ ਕੇ ਉਹ ਲੋਕ ਯੋਗਾ ਕਰਦੇ ਹੈਗੇ। ਬਿਲਕੁਲ, ਬਹੁਤ ਸਾਰੇ ਸੈਸ਼ਨ ਹੁੰਦੇ ਆ ਤੇ ਇੱਥੇ ਆ ਕੇ ਲੋਕ 뮤직 ਨੂੰ ਵੀ ਪਿਆਰ ਕਰਦੇ। ਉਧਰ ਦੇਖੋ ਗਿਟਾਰ ਦੇ ਲੈਸਨ ਦਿੱਤੇ ਜਾ ਰਹੇ ਨੇ, ਸੋ ਜਾਂ ਤਾਂ ਲੈਸਨ ਹੈ ਜਾਂ ਰੀਲ ਬਣਾਈ ਜਾ ਰਹੀ ਹੈ, ਕੁਛ ਤਾਂ ਕੀਤਾ ਜਾ ਰਿਹਾ। ਸੋ ਤਿੰਨ ਲੋਕ ਇੱਥੇ ਆ ਕੇ 2 ਗਿਟਾਰ ਵਜਾ ਰਹੇ ਹੈਗੇ ਨੇ, ਗਿਟਾਰ ਦੇ ਵਿੱਚ ਮੈਨੂੰ ਲੱਗਦਾ ਸਾਊਂਡ ਬਣਾਉਂਦੇ ਹੋਣਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਤੁਸੀਂ ਦੇਖ ਸਕਦੇ ਆ ਕਿ ਗਿਟਾਰ ਦੇ ਲੈਸਨ ਹੋਣ ਚਾਹੇ ਕੁਛ ਵੀ ਹੋਵੇ, ਉਹ ਸਾਰਾ ਕੁਛ ਜਿਹੜਾ ਆ ਉਹ ਇੱਥੇ ਕੀਤਾ ਜਾ ਰਿਹਾ ਤੇ ਕੁਦਰਤ ਨੂੰ ਮਾਣਿਆ ਜਾ ਰਿਹਾ, ਕੁਦਰਤ ਦੇ ਵਿੱਚ ਬੈਠ ਕੇ ਕੀਤਾ ਜਾ ਰਿਹਾ। ਸਾਨੂੰ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ, ਅਸੀਂ ਸਿਟੀ ਦੇ ਵਿੱਚ ਰਹਿੰਦੇ ਹਾਂ, ਸਿਟੀ ਲਾਈਫ ਨੂੰ ਜਿਹੜਾ ਐਕਸਪਲੋਰ ਕਰਦੇ ਹਾਂ, ਪਰ ਇੱਕ ਦਿਨ ਕੱਢ ਕੇ ਜੇ ਅਸੀਂ ਇਹਨਾਂ ਨੂੰ ਦੇਖੀਏ, ਮਾਊਂਟੇਨਸ ਨੂੰ ਦੇਖੀਏ, ਪਹਾੜਾਂ ਨੂੰ ਦੇਖੀਏ, ਤਾਂ ਇੱਥੋਂ ਵਰਗੇ ਰੀਸ ਕਿਤੇ ਨਹੀਂ ਹੈਗੀ। ਇਸ ਤਰ੍ਹਾਂ ਦਾ ਜਿਹੜਾ ਨਜ਼ਾਰਾ ਉਹ ਕਿਤੇ ਕਿਤੇ ਹੀ ਮਿਲਦਾ। ਸੋ ਸਾਹਮਣੇ ਸਾਡੇ ਪਾਰਕ ਹੈ, ਛੋਟਾ ਜਿਹਾ ਪਾਰਕ ਨੂੰ ਐਕਸਪਲੋਰ ਕਰਦੇ ਹਾਂ ਤੇ ਫਿਰ ਅਸੀਂ ਸਮਾਪਤੀ ਕਰਦੇ ਹਾਂ ਜੀ ਅੱਜ ਦੇ ਇਸ ਐਪੀਸੋਡ ਦੀ। ਟ੍ਰੈਵਲ ਹੌਟਸਪੌਟ ਐਕਸਪਲੋਰ ਬੀਸੀ ਸੈਗਮੈਂਟ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜੀ ਕਲੀਵਲੈਂਡ ਡੈਮ। ਕਲੀਵਲੈਂਡ ਡੈਮ ਦੇ ਨਾਲ ਨਾਲ ਅੱਜ ਆਪਾਂ ਤੁਹਾਨੂੰ ਛੋਟਾ ਜਿਹਾ ਇੱਕ ਅਪਕਮਿੰਗ ਐਪੀਸੋਡ ਦਾ ਟ੍ਰੇਲਰ ਦਿਖਾਤਾ ਗ੍ਰੋਸ ਮਾਊਂਟੇਨ ਦਾ, ਜੋ ਕਿ ਆਪਾਂ ਛੋਟਾ ਜਿਹਾ ਕਲਿੱਪ ਦਿਖਾਇਆ, ਇੰਨਾ ਦੂਰ ਆਪਾਂ ਨਹੀਂ ਦਿਖਾ ਸਕਦੇ। ਬਿਲਕੁਲ ਜੀ, ਵੀ ਟ੍ਰਾਈਡ ਆਰ ਬੈਸਟ ਕਿ ਅਸੀਂ ਗ੍ਰੋਸ ਮਾਊਂਟੇਨ ਜਾਈਏ ਤੇ ਉੱਥੇ ਜਾ ਕੇ ਜਿਹੜਾ ਤੁਹਾਨੂੰ ਐਕਸਪਲੋਰ ਕਰਾਈਏ। ਬਹੁਤ ਲੋਕ ਗਏ ਵੀ ਹੋਣਗੇ, ਬਹੁਤ ਲੋਕਾਂ ਨੇ ਸੁਣਿਆ ਹੋਏਗਾ ਤੇ ਬਹੁਤ ਲੋਕ ਜਾਣਾ ਚਾਹੁੰਦੇ ਹੋਣਗੇ। ਮੇਰਾ ਤੇ ਕਰਨ ਦਾ ਐਕਸਪੀਰੀਅੰਸ ਹੈ, ਅਸੀਂ ਬਹੁਤ ਵਾਰ ਗਏ ਹਾਂ ਪਰ ਜਦੋਂ ਵੀ ਜਾਂਦੇ ਹਾਂ ਹਰ ਵਾਰ ਬਹੁਤ ਚੰਗਾ ਲੱਗਦਾ। ਇਹ ਨਹੀਂ ਕਿ ਇੱਕ ਵਾਰ ਗਏ ਆ ਤੇ ਬੋਰਿੰਗ ਹੋ ਗਿਆ, ਹਰ ਵਾਰ ਚੰਗੀ ਜਿਹੜੀ ਆ ਉਹ ਇਨਫੋਰਮੇਸ਼ਨ ਮਿਲਦੀ ਆ, ਹਰ ਵਾਰ ਡਿਫਰੈਂਟ ਵੈਦਰ ਹੁੰਦਾ, ਡਿਫਰੈਂਟ ਸਰਕਮਸਟਾਂਸ ਹੁੰਦੇ ਆ। ਤੇ ਅੱਜ ਜਿਹੜਾ ਅਸੀਂ ਕਲੀਵਲੈਂਡ ਡੈਮ ਪਹੁੰਚੇ ਆ, ਇੱਥੇ ਵੀ ਡਿਫਰੈਂਟ ਤਰ੍ਹਾਂ ਦਾ ਨਜ਼ਾਰਾ ਹਰ ਤਰ੍ਹਾਂ ਨਾਲ ਹੁੰਦਾ ਕਿਉਂਕਿ ਲੋਕ ਡਿਫਰੈਂਟ ਹੁੰਦੇ ਆ, ਲੋਕ ਡਿਫਰੈਂਟ ਨੇ ਤੇ ਏਰੀਆ ਡਿਫਰੈਂਟ ਹੈ ਤੇ ਤੁਹਾਨੂੰ ਟ੍ਰੈਕਿੰਗ ਦਾ ਸਟਾਈਲ ਡਿਫਰੈਂਟ ਹੈ। ਹੁਣ ਆਪਾਂ ਕਈ ਟ੍ਰੈਕਿੰਗ ਤੇ ਵੈਸੇ ਤੁਸੀਂ ਦੇਖਿਆ ਹੋਣਾ ਬੜੀ ਛੋਟੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੁੰਦੀ ਹੈ, ਬਟ ਤੁਸੀਂ ਇੱਥੇ ਜਾਓਗੇ ਇਹਨਾਂ ਨੇ ਈਚ ਇਨਫੋਰਮੇਸ਼ਨ ਉਹੀ ਪੋਲ ਦੇ ਛੋਟੇ ਤੇ ਲਾਈ ਕਿ ਤੁਸੀਂ ਸਾਈਕਲਿੰਗ ਡੋਗ ਲੈ ਕੇ ਜਾ ਸਕਦੇ ਹੋ ਕਿ ਨਹੀਂ, ਸਾਈਕਲਿੰਗ ਕਰ ਸਕਦੇ ਹੋ ਕਿ ਨਹੀਂ, ਤੇ ਉਹੀ ਇਨਫੋਰਮੇਸ਼ਨ ਸਾਨੂੰ ਵੈਸੇ ਲੋੜ ਹੁੰਦੀ ਹੈ ਕਈ ਥਾਵਾਂ ਤੇ। ਕਈ ਥਾਵਾਂ ਤੇ ਜਿਵੇਂ ਤੁਸੀਂ ਦੇਖਿਆ ਨਾ ਲਿਨਕੈਨਨ ਤੇ ਠੀਕ ਹੈ, ਸਿਰਫ ਇੱਕ ਉਹ ਦੱਸਦਾ ਜੀ ਵਾਟਰਫਾਲ ਹੈ ਕਿ ਨਹੀਂ, ਇਹ ਸਿਰਫ ਇੱਕ ਬਰੀਫ ਫਾਰਮ, ਪਰ ਆਈ ਨਹੀਂ ਪਤਾ ਹੁੰਦਾ ਕਿ ਉੱਥੇ ਲੈ ਕੇ ਜਾ ਸਕਦੇ ਕਿ ਨਹੀਂ, ਠੀਕ ਹੈ, ਉਹ ਸਾਨੂੰ ਇੱਥੇ ਬਰੀਫਲੀ ਦੱਸਿਆ ਹੋਇਆ ਹਰ ਇੱਕ ਪੋਲ ਤੇ। ਨੋ ਡਰੋਨ ਜ਼ੋਨ, ਕਈ ਵਾਰੀ ਹੁਣ ਸਾਡੇ ਵਰਗੇ ਆਉਂਦੇ ਨੇ ਜਿਨ੍ਹਾਂ ਨੇ ਐਪੀਸੋਡ ਸ਼ੂਟ ਵੀ ਕਰਨਾ ਹੁੰਦਾ ਆ, ਤਾਂ ਅਸੀਂ ਉੱਪਰੋਂ ਬਰਡ ਆਈ ਤੋਂ ਵੀ ਦਿਖਾਉਣਾ ਹੁੰਦਾ ਕਿ ਉੱਪਰੋਂ ਕਿਸ ਤਰ੍ਹਾਂ ਦਾ ਵਿਊ ਲੱਗ ਰਿਹਾ ਹੈਗਾ। ਸੋ ਅੱਜ ਨੋ ਡਰੋਨ ਜ਼ੋਨ ਕਰਕੇ ਅਸੀਂ ਨਹੀਂ ਦਿਖਾ ਪਾਏ, ਪਰ ਕੈਮਰੇ ਦੇ ਲੈਂਸ ਤੋਂ ਅਸੀਂ ਟਰਾਈ ਕੀਤਾ ਤੁਹਾਨੂੰ ਦਿਖਾਉਣ ਦਾ ਕਿ ਕਿਸ ਤਰ੍ਹਾਂ ਦਾ ਵਿਊ ਹੈਗਾ, ਕਿਸ ਤਰ੍ਹਾਂ ਦਾ ਆਲਾ ਦੁਆਲਾ ਹੈਗਾ, ਕਿਸ ਤਰ੍ਹਾਂ ਦੀ ਸਰਰਾਊਂਡਿੰਗ ਹੈ, ਤੇ ਐਕਸਪਲੋਰ ਕੀਤਾ
ਕਿ ਕਿਵੇਂ ਆ ਕੇ ਇੰਜੋਏ ਕੀਤਾ ਜਾ ਸਕਦਾ ਹੈ। ਹਾਈਕ ਕਰਨਾ ਨਹੀਂ ਪਸੰਦ ਕਰਦੇ ਤਾਂ ਪਾਰਕ ਬਣੇ ਹੋਏ ਆ, ਤਾਂ ਪਾਰਕ ਦੇ ਵਿੱਚ ਆ ਕੇ ਬੈਠ ਕੇ ਇੰਜੋਏ ਕਰ ਸਕਦੇ ਆ, ਡੈਮ ਦੀ ਇਨਫੋਰਮੇਸ਼ਨ ਲਈ ਜਾ ਸਕਦੀ ਆ, ਹੋਰ ਬਹੁਤ ਚੀਜ਼ਾਂ ਐਕਸਪਲੋਰ ਕੀਤੀਆਂ ਜਾ ਸਕਦੀਆਂ ਨੇ। ਸੋ ਅੱਜ ਦਾ ਇਹ ਐਪੀਸੋਡ ਸੀਗਾ ਕਲੀਵਲੈਂਡ ਡੈਮ ਦਾ। ਸੋ ਕਰਨ, ਅੱਜ ਦੇ ਐਪੀਸੋਡ ਦੇ ਸਪੋਂਸਰ ਦਾ ਇੱਕ ਵਾਰੀ ਫਿਰ ਨਾਮ ਲੈ ਲਈਏ ਜੀ। ਜੀ, ਸੋ ਆਪਣੇ ਸ਼ੋਅ ਦੇ ਸਪੋਂਸਰ ਹੈਗੇ ਜੀ HP ਸਿੰਘ ਚੈਟਰ ਸਟੋਰ। ਤੁਸੀਂ ਜ਼ਰੂਰ ਵਿਜ਼ਿਟ ਕਰੋ, ਉਹਨਾਂ ਨੂੰ ਵਧੀਆ ਡੀਲਸ ਦਿੰਦੇ ਨੇ, ਵਧੀਆ ਪ੍ਰੋਮੋਸ਼ਨਸ ਬਾਰੇ ਤੁਹਾਨੂੰ ਦੱਸਦੇ ਆ। ਬਿਲਕੁਲ ਹੀ ਤੁਹਾਡੇ ਜਿਹੜਾ ਤੁਹਾਨੂੰ ਕੰਫਰਟੇਬਲ ਪਲਾਨ ਲੱਗਦਾ ਹੈਗਾ ਤੁਹਾਡੇ ਅਕੋਰਡਿੰਗਲੀ ਉਹ ਦੱਸਣਗੇ, ਕੋਈ ਫੋਰਸ ਨਹੀਂ ਹੈਗਾ ਜੀ ਤੁਹਾਨੂੰ। ਤਾਂ ਤੁਸੀਂ ਆਪਦੇ ਅਕੋਰਡਿੰਗਲੀ ਪਲਾਨਸ ਚੂਜ਼ ਕਰੋ ਤੇ ਵਧੀਆ ਡੀਲਸ ਗ੍ਰੈਬ ਕਰੋ ਉਹਨਾਂ ਦੇ ਕੋਲ ਜਾ ਕੇ। ਫੋਰੈਸਟ ਏਰੀਆ ਦੇ ਵਿੱਚ ਪਹੁੰਚੇ ਹੋਏ ਆ, ਰੇਂਜ ਨਹੀਂ ਆ ਰਹੀ, ਕੋਈ ਫਿਕਰ ਦੀ ਲੋੜ ਨਹੀਂ ਹੈਗੀ। HP ਸਿੰਘ ਚੈਟਰ ਸਟੋਰ ਪਹੁੰਚੋ, ਤੁਹਾਨੂੰ ਡਿਫਰੈਂਟ ਤਰ੍ਹਾਂ ਦੀਆਂ ਡੀਲਸ, ਡਿਫਰੈਂਟ ਨੈਟਵਰਕ ਜਿਹੜੇ ਆ ਉਹ ਦਿੱਤੇ ਜਾਣਗੇ, ਪ੍ਰੋਵਾਈਡ ਕੀਤੇ ਜਾਣਗੇ, ਤੇ ਸਾਂਝਾ TV ਦਾ ਨਾਮ ਲੈਣ ਦੇ ਉੱਤੇ ਤੁਹਾਨੂੰ ਮਿਲੇਗਾ ਸਪੈਸ਼ਲ ਡਿਸਕਾਊਂਟ। ਜਾਓ HP ਸਿੰਘ ਚੈਟਰ ਸਟੋਰ ਤੇ ਐਕਸਪਲੋਰ ਕਰੋ ਚੈਟਰ ਸਟੋਰ ਤੇ ਚੈਟਰ ਸਟੋਰ ਦੀਆਂ ਡੀਲਸ ਨੂੰ। ਅਸੀਂ ਐਕਸਪਲੋਰ ਕਰ ਰਹੇ ਹਾਂ BC ਨੂੰ। ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਏਗਾ। ਫੀਡਬੈਕ ਦਾ ਤੁਹਾਡੀ ਦਾ ਇੰਤਜ਼ਾਰ ਰਹੇਗਾ, ਹਮੇਸ਼ਾ ਆਪਣੇ ਕਮੈਂਟ ਜਿਹੜੇ ਆ ਉਹ ਜ਼ਰੂਰ ਦਿਓ। ਜਦੋਂ ਸੋਸ਼ਲ ਮੀਡੀਆ ਦੇ ਉੱਤੇ YouTube ਤੇ ਸਾਡਾ ਇਹ ਐਪੀਸੋਡ ਆ ਜਾਂਦਾ ਤੇ ਉਦੋਂ ਵੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਛੱਡਣੇ ਨਾ ਭੁੱਲਿਓ, ਤੇ ਨਾਲ ਨਾਲ TV ਦੇ ਉੱਤੇ ਤਾਂ ਅਸੀਂ ਤੁਹਾਡੇ ਘਰ ਹਰ ਐਤਵਾਰ ਪਹੁੰਚਦੇ ਹਾਂ ਇਹ ਐਪੀਸੋਡ ਲੈ ਕੇ। ਐਵਰੀ ਡੇ ਕੋਈ ਨਾ ਕੋਈ ਪ੍ਰੋਗਰਾਮ ਦੇ ਥਰੂ ਤੁਹਾਡੇ ਘਰ ਹਾਜ਼ਰੀ ਲਗਵਾ ਦਿੱਤੀ ਜਾਂਦੀ ਆ, ਪਰ ਆ ਸਪੈਸ਼ਲ ਪ੍ਰੋਗਰਾਮ ਲੈ ਕੇ ਤੁਹਾਡੇ ਘਰਾਂ ਦੇ ਵਿੱਚ ਮੈਂ ਤੇ ਕਰਨ ਪਹੁੰਚਦੇ ਹਾਂ ਐਤਵਾਰ ਵਾਲੇ ਦਿਨ ਸ਼ਾਮ ਨੂੰ 7 ਵਜੇ। ਸੋ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡਾ ਤੇ ਤੁਹਾਡਾ ਸਾਥ ਹੁੰਦਾ ਐਤਵਾਰ ਵਾਲੇ ਦਿਨ। ਜ਼ਰੂਰ ਟਰਨ ਔਨ ਕਰਿਆ ਕਰੋ ਆਪਣਾ TV ਜਾਂ ਫਿਰ ਉਸ ਤੋਂ ਬਾਅਦ ਲਿੰਕ ਦੇਖਿਆ ਕਰੋ ਸੋਸ਼ਲ ਮੀਡੀਆ ਦੇ ਉੱਤੇ। ਸੋ ਕਰਨ, ਚੱਲੀਏ ਜੀ। ਚੱਲਦੇ ਜੀ, ਬਸ ਮੈਂ ਇੱਕ ਉਹ ਦੱਸਦਾ, ਯੂਟਿਊਬ ਐਂਡ ਫੇਸਬੁੱਕ ਤੇ ਸਾਡੇ ਐਪੀਸੋਡ ਬਾਅਦ 'ਚ ਵੀ ਅਪਲੋਡ ਕੀਤੇ ਜਾ ਸਕਦੇ। ਫੇਸਬੁੱਕ ਤੇ ਥੋੜ੍ਹਾ ਸ਼ੋਰਟਰ ਵਰਜ਼ਨ ਕੀਤਾ ਜਾ ਸਕਦਾ। ਜੇ ਤੁਸੀਂ ਇੱਕ ਸਮਰੀ ਸਾਡੇ ਐਪੀਸੋਡ ਦੀ ਦੇਖਣੀ ਤਾਂ ਤੁਸੀਂ ਇੱਕੋ ਫੇਸਬੁੱਕ ਤੇ ਜਾ ਕੇ ਤੁਸੀਂ ਵਿਜ਼ਿਟ ਕਰੋ, ਤੇ ਨੀਚੇ ਨੇ ਕਈ ਵਾਰ ਉੱਥੇ ਸਕਰੋਲ ਚੱਲ ਰਹੀ ਹੁੰਦੀ, ਉੱਥੇ ਸਾਡੇ ਕੰਟੈਕਟ ਨੰਬਰ ਦਿੱਤੇ ਗਏ ਚੈਨਲ ਦੇ, ਤਾਂ ਤੁਸੀਂ ਉੱਥੇ ਜ਼ਰੂਰ ਕਾਲ ਕਰਕੇ ਕਿਸੇ ਵੀ ਸ਼ੋਅ 'ਚ ਸਾਡੇ ਕਾਲ ਕਰਕੇ ਤੁਸੀਂ ਜ਼ਰੂਰ ਦੱਸ ਸਕਦੇ ਹੋ, ਤੇ ਆਲ ਟਾਈਮ ਅਸੀਂ ਤੁਹਾਡੇ ਲਈ ਆਪਾਂ ਆਨਸਰ ਕਰਾਂਗੇ, ਉਹ ਫੀਡਬੈਕਸ ਨੂੰ ਅਸੀਂ ਫੋਲੋ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਜ਼ਰੂਰ ਕਾਲ ਜ਼ਰੂਰ ਕਰਿਓ। ਬਿਲਕੁਲ ਜੀ, ਫੀਡਬੈਕ ਚਾਹੇ ਫੋਨ ਥਰੂ, ਚਾਹੇ ਈਮੇਲ ਥਰੂ, ਚਾਹੇ ਕਮੈਂਟ ਦੇ ਥਰੂ, ਸਾਨੂੰ ਫੀਡਬੈਕ ਜ਼ਰੂਰੀ ਹੁੰਦੀ ਹੈ ਤਾਂ ਕਿ ਅਸੀਂ ਜੇ ਕੁਛ ਚੰਗਾ ਕਰ ਰਹੇ ਹਾਂ ਤਾਂ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰੀਏ, ਜਾਂ ਕਿਤੇ ਥੋੜ੍ਹੀਆਂ ਬਹੁਤ ਬਰੀਕੀਆਂ ਰਹਿ ਗਈਆਂ ਨੇ ਅਤੇ ਉਹਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰੀਏ, ਤੁਹਾਡੇ ਤੱਕ ਵਧੀਆ ਐਪੀਸੋਡ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ। ਅਗਲੀ ਵਾਰੀ ਨਵੀਂ ਜਗ੍ਹਾ ਦੇ ਉੱਤੇ ਐਕਸਪਲੋਰ ਕਰਨ ਜ਼ਰੂਰ ਪਹੁੰਚਾਂਗੇ ਅਤੇ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੇ। ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ TV ਅਤੇ ਮੈਨੂੰ ਅਤੇ ਕਰਨ ਨੂੰ। ਇੱਥੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਖਾਧਾ ਜ਼ਰੂਰ ਆ ਜਾ ਕੇ ਪ੍ਰੇਮ ਜੀ, ਖਾਧਾ ਤਾਂ ਜ਼ਰੂਰ। ਓਬਵੀਅਸਲੀ 3, 2, 1 ਸਟਾਰਟ। ਥੋੜ੍ਹਾ ਜਿਹਾ ਲਿਟਲ ਬਿਟ ਡਿਫਰੈਂਟ। ਹਾਂਜੀ, 3, 2, 1। HP ਸਿੰਘ ਚੈਟਰ ਸਟੋਰ ਪ੍ਰੈਜ਼ੈਂਟਸ ਟ੍ਰੈਵਲ ਹੌਟਸਪੌਟ ਐਕਸਪਲੋਰ BC।